ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਪਿਛਲੇ ਭਾਗ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਕਿਸ ਤਰ੍ਹਾਂ ਅੰਗਰੇਜ਼ ਜਦੋਂ ਰਾਜ ਛੱਡ ਕੇ 1947 ਵਿੱਚ ਗਏ ਤਾਂ ਉਹ ਮੁਸਲਮਾਨਾਂ ਨੂੰ ਆਪਣਾ ਪਾਕਿਸਤਾਨ ਦੇ ਗਏ ਅਤੇ ਹਿੰਦੂਆਂ ਨੂੰ ਹਿੰਦੁਸਤਾਨ ਦੇ ਗਏ ਅਤੇ ਸਿੱਖਾਂ ਨੂੰ ਸਿੱਖ ਰਾਜ ਦੇ ਰਹੇ ਸੀ। ਸਿੱਖਾਂ ਨੇ ਕਿਉਂ ਨਾ ਲਿਆ, ਇਸ ਦੀਆਂ ਕਈ ਕਹਾਣੀਆਂ ਤੁਹਾਨੂੰ ਵਿੱਚ ਕਈ ਲੀਡਰਾਂ ਬਾਰੇ ਦੱਸ ਚੁੱਕੇ ਹਾਂ ਕਿ ਕਿਹੜੇ ਕਿਹੜੇ ਲੀਡਰਾਂ ਨੇ ਸਿੱਖ ਰਾਜ ਲੈਣ ਤੋਂ ਕਿਹੜੇ ਕਿਹੜੇ ਕਾਰਨਾਂ ਕਰਕੇ ਗਦਾਰੀ ਕੀਤੀ ਸਿੱਖ ਕੌਮ ਨਾਲ। ਅੱਗੇ ਅਗਲੀ ਕਹਾਣੀ ਇਸ ਤਰ੍ਹਾਂ, ਫਿਰ ਅਖੀਰ ਜਦੋਂ ਹਿੰਦੂ ਅਤੇ ਮੁਸਲਮਾਨਾਂ ਵਿੱਚ ਕੋਈ ਸਹਿਮਤੀ ਨਾ ਬਣੀ ਤਾਂ ਅੰਗਰੇਜ਼ਾਂ ਨੇ ਆਖਰੀ ਵਾਰ ਫਿਰ ਕਿਹਾ ਕਿ ਇੱਕ ਨੁਮਾਇੰਦਾ ਹਿੰਦੂਆਂ ਵੱਲੋਂ, ਇੱਕ ਨੁਮਾਇੰਦਾ ਮੁਸਲਮਾਨਾਂ ਵੱਲੋਂ ਅਤੇ ਇੱਕ ਨੁਮਾਇੰਦਾ ਸਿੱਖਾਂ ਵੱਲੋਂ ਲੰਡਨ ਆਉਣ, ਕੋਈ ਸਲਾਹ ਮਸ਼ਵਰਾ ਕੀਤਾ ਜਾਵੇ, ਹਿੰਦੁਸਤਾਨ ਦਾ ਰਾਜ ਵੰਡ ਕੇ ਜਾਂ ਜਿਵੇਂ ਉਹ ਚਾਹੁਣ ਉਸੇ ਤਰ੍ਹਾਂ ਦੇ ਦੇਈਏ। ਅੰਗਰੇਜ਼ ਬਹੁਤ ਕਾਲੇ ਸਨ ਭਾਰਤ ਦਾ ਰਾਜ ਛੱਡ ਕੇ ਜਾਣ ਲਈ, ਪਰ ਰਾਜ ਲੈਣ ਵਾਲਿਆਂ ਵਿੱਚ ਕੋਈ ਸਹੀ ਸਹਿਮਤੀ ਨਾ ਬਣ ਸਕੀ, ਇਸ ਲਈ ਨੁਮਾਇੰਦੇ ਲੰਡਨ ਬੁਲਾਏ ਗਏ। ਇਸ ਤਰ੍ਹਾਂ ਮਿਸਟਰ ਜਨਾਹ ਲਿਆਕਤ ਅਲੀ ਨੂੰ ਨਾਲ ਲੈ ਕੇ ਲੰਡਨ ਪਹੁੰਚੇ। ਹਿੰਦੂਆਂ ਵੱਲੋਂ ਨਹਿਰੂ ਅਤੇ ਸਿੱਖਾਂ ਵੱਲੋਂ ਬਲਦੇਵ ਸਿੰਘ ਲੰਡਨ ਪਹੁੰਚ ਗਏ। ਅੰਗਰੇਜ਼ਾਂ ਨੇ ਜਨਾਹ ਅਤੇ ਨਹਿਰੂ ਦੋਨਾਂ ਨੂੰ ਬਿਠਾ ਕੇ ਗੱਲ ਤੋਰੀ, ਪਰ ਕਿਸੇ ਵੀ ਤਰ੍ਹਾਂ ਗੱਲ ਸਿਰੇ ਨਾ ਚੜ੍ਹੀ। ਸਾਰੇ ਜਦੋਂ ਇੰਡੀਆ ਵਾਪਸ ਆਉਣ ਲਈ ਤਿਆਰ ਹੋ ਗਏ ਤਾਂ ਅੰਗਰੇਜ਼ਾਂ ਨੇ ਜਨਾਹ ਨੂੰ ਕਿਹਾ ਕਿ ਤੁਸੀਂ 2 ਦਿਨ ਹੋਰ ਰੁਕੋ। ਇੱਕ ਅੰਗਰੇਜ਼ ਅਫਸਰ ਸਰਦਾਰ ਬਲਦੇਵ ਸਿੰਘ ਕੋਲ ਭੇਜਿਆ ਕਿ ਤੁਸੀਂ ਵੀ 2 ਦਿਨ ਰੁਕੋ, ਜੇ ਨਹਿਰੂ ਜਾਣਾ ਚਾਹੁੰਦੇ ਹਨ ਤਾਂ ਜਾਣ ਦਿਓ। ਬਲਦੇਵ ਸਿੰਘ ਨੂੰ ਕਿਹਾ ਗਿਆ ਕਿ ਤੁਸੀਂ ਨਹਿਰੂ ਦੇ ਨਾਲ ਨਾ ਜਾਇਓ, ਤੁਹਾਡੇ ਨਾਲ ਅੰਗਰੇਜ਼ ਸਰਕਾਰ ਕੋਈ ਸਲਾਹ ਮਸ਼ਵਰਾ ਕਰਨਾ ਚਾਹੁੰਦੀ ਹੈ। ਦੇਖੋ, ਸਿੱਖਾਂ ਨੇ ਜਿਸ ਆਦਮੀ 'ਤੇ ਸਾਰੀ ਕੌਮ ਦੀ ਜ਼ਿੰਮੇਵਾਰੀ ਪਾਈ ਹੋਈ ਸੀ, ਉਹੀ ਸਰਦਾਰ ਬਲਦੇਵ ਸਿੰਘ ਨੇ ਉਸੇ ਸਮੇਂ ਨਹਿਰੂ ਨੂੰ ਜਾ ਕੇ ਦੱਸ ਦਿੱਤਾ ਕਿ ਅੰਗਰੇਜ਼ ਮੈਨੂੰ 2 ਦਿਨ ਲਈ ਰੁਕਣ ਲਈ ਕਹਿ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਿੱਖਾਂ ਨੂੰ ਅਲੱਗ ਸਟੇਟ ਦੇਣ ਵਾਸਤੇ ਸਲਾਹ ਕਰਨੀ ਹੈ। ਤਾਂ ਨਹਿਰੂ ਨੇ ਉਸੇ ਵਕਤ ਬਲਦੇਵ ਸਿੰਘ ਤੋਂ ਅਖਬਾਰਾਂ ਵਿੱਚ ਬਿਆਨ ਦਵਾ ਦਿੱਤਾ ਕਿ ਅਸੀਂ ਅੰਗਰੇਜ਼ਾਂ ਤੋਂ ਕੁਝ ਨਹੀਂ ਲੈਣਾ, ਸਾਨੂੰ ਅੰਗਰੇਜ਼ਾਂ ਦੇ ਦਿੱਤੇ ਰਾਜ ਦੀ ਕੋਈ ਲੋੜ ਨਹੀਂ, ਅਸੀਂ ਤਾਂ ਹਿੰਦੂਆਂ ਤੋਂ ਆਪੇ ਰਾਜ ਲੈ ਲਵਾਂਗੇ, ਬਸ ਅੰਗਰੇਜ਼ ਸਾਡਾ ਭਾਰਤ ਛੱਡ ਕੇ ਚਲੇ ਜਾਣ। ਇਹ ਬਿਆਨ ਦਿੱਤੇ ਸਾਡੇ ਮਹਾਨ ਆਗੂ ਬਲਦੇਵ ਸਿੰਘ ਨੇ, ਜਿਸ ਉੱਤੇ ਸਾਰੀ ਕੌਮ ਰੱਬ ਵਰਗਾ ਭਰੋਸਾ ਰੱਖੀ ਬੈਠੀ ਸੀ ਕਿ ਸਾਡਾ ਕੋਈ ਬੁਰਾ ਨਹੀਂ ਸੋਚੇਗਾ। ਇਹ ਬਿਆਨ ਦਵਾ ਕੇ ਉਸੇ ਦਿਨ ਨਹਿਰੂ ਬਲਦੇਵ ਸਿੰਘ ਨੂੰ ਬਿਨਾਂ ਅੰਗਰੇਜ਼ਾਂ ਨਾਲ ਕਿਸੇ ਗੱਲ ਕੀਤੇ ਜਹਾਜ਼ 'ਤੇ ਚੜ੍ਹਾ ਕੇ ਭਜਾ ਲਿਆ। ਕਹਿੰਦੇ ਹਨ ਕਿ ਹਵਾਈ ਜਹਾਜ਼ ਵਿੱਚ ਨਹਿਰੂ ਨੇ ਪਹਿਲਾਂ ਬਲਦੇਵ ਸਿੰਘ ਨੂੰ ਚੜ੍ਹਾਇਆ ਅਤੇ ਬਾਅਦ ਵਿੱਚ ਆਪ ਚੜ੍ਹਿਆ। ਇੱਥੇ ਸਰਦਾਰ ਕਪੂਰ ਸਿੰਘ ਨੇ ਉਹ ਗੱਲ ਵੀ ਲਿਖੀ ਹੈ, ਸਿੱਖਾਂ ਦੇ ਨੁਮਾਇੰਦੇ ਵਜੋਂ ਬਲਦੇਵ ਸਿੰਘ ਅਤੇ ਕੈਬਨਿਟ ਮਿਸ਼ਨ ਦੇ ਮੈਂਬਰਾਂ ਵਿੱਚ ਜਿਹੜੀ ਗੱਲ ਪਹਿਲਾਂ ਹੋਈ। ਸਰ ਕ੍ਰਿਪਸ ਨੇ ਕਿਹਾ ਕਿ ਸਰਦਾਰ ਬਲਦੇਵ ਸਿੰਘ, ਦੱਸੋ ਅਸੀਂ ਸਿੱਖਾਂ ਲਈ ਕੀ ਕਰੀਏ, ਸਾਡੀ ਕੌਮ ਦੀ ਤੀਬਰ ਇੱਛਾ ਹੈ ਕਿ ਅਸੀਂ ਸਿੱਖਾਂ ਦਾ ਕੁਝ ਬਣਾ ਦਈਏ। ਬਲਦੇਵ ਸਿੰਘ ਬੋਲਿਆ, ਜੇ ਪਾਕਿਸਤਾਨ ਬਣਾਉਣਾ ਹੈ ਤਾਂ ਸਿੱਖ ਸਟੇਟ ਜ਼ਰੂਰ ਬਣੇ। ਸਰ ਪੈਥਕ ਲਾਰੰਸ ਨੇ ਕਿਹਾ, ਅਸੂਲਨ ਤਾਂ ਇਸ ਵਿੱਚ ਕੋਈ ਹਰਜ ਨਹੀਂ, ਪਰ ਕਿੱਥੇ ਬਣਾਈਏ ਤੁਸੀਂ ਦੱਸੋ ਸਰਦਾਰ ਬਲਦੇਵ ਸਿੰਘ। ਉਹ ਨਕਸ਼ਾ ਲਟਕ ਰਿਹਾ ਹੈ, ਦੱਸੋ ਕਿਹੜੇ ਇਲਾਕੇ ਵਿੱਚ ਸਿੱਖ ਸਟੇਟ ਬਣਾ ਦਈਏ, ਤੁਸੀਂ ਇਸ਼ਾਰਾ ਕਰੋ, ਅਸੀਂ ਤੁਹਾਡੇ ਲਈ ਸਭ ਕੁਝ ਕਰਨ ਲਈ ਤਿਆਰ ਹਾਂ। ਬਲਦੇਵ ਸਿੰਘ ਚੁੱਪ ਕਰ ਗਿਆ। ਸਰ ਕ੍ਰਿਪਸ ਨੇ ਕਿਹਾ, ਸਰਦਾਰ ਸਾਹਿਬ ਮੇਰੀ ਗੱਲ ਧਿਆਨ ਨਾਲ ਸੁਣੋ, ਆਹ ਦੇਖੋ ਹਿੰਦੁਸਤਾਨ ਦਾ ਨਕਸ਼ਾ ਲਟਕ ਰਿਹਾ ਹੈ, ਆਹ ਪੰਜਾਬ ਹੈ। ਸਰ ਕ੍ਰਿਪਸ ਨੇ ਇੱਕ ਸੋਟੀ ਨਾਲ ਪਾਣੀਪਤ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ ਲਕੀਰ ਖਿੱਚ ਕੇ ਕਿਹਾ ਕਿ ਜੇ ਬ੍ਰਿਟਿਸ਼ ਪਾਰਲੀਮੈਂਟ ਨਿਸ਼ਚਿਤ ਕਰ ਦੇਵੇ ਕਿ ਇਸ ਇਲਾਕੇ ਵਿੱਚ ਸਿੱਖਾਂ ਦੇ ਅਧਿਕਾਰ ਰਾਖਵੇਂ ਹਨ ਅਤੇ ਭਾਵੇਂ ਇਹ ਇਲਾਕਾ ਕਿਸੇ ਪਾਸੇ ਵੀ ਜਾਵੇ, ਕਹਿਣ ਦਾ ਮਤਲਬ ਚਾਹੇ ਤੁਸੀਂ ਹਿੰਦੁਸਤਾਨ ਨਾਲ ਰਹੋ ਚਾਹੇ ਪਾਕਿਸਤਾਨ ਨਾਲ
ਨਾਲ ਰਹੋ। ਕੋਈ ਵਿਧਾਨ ਅਜਿਹਾ ਨਾ ਬਣੇ ਜੋ ਸਿੱਖਾਂ ਦੀ ਮਰਜ਼ੀ ਦੇ ਵਿਰੁੱਧ ਬਣੇ, ਭਾਵ ਸਿੱਖਾਂ ਨੂੰ ਸੰਪੂਰਨ ਆਜ਼ਾਦੀ ਦਿੱਤੀ ਜਾਵੇ। ਤਾਂ ਕਿ ਇਹ ਗੱਲ ਤੁਹਾਨੂੰ ਮਨਜ਼ੂਰ ਹੈ, ਅੰਗਰੇਜ਼ਾਂ ਨੇ ਬਹੁਤ ਜ਼ੋਰ ਲਾ ਕੇ ਇਹ ਗੱਲ ਕਹੀ, ਪਰ ਬਲਦੇਵ ਸਿੰਘ ਨਹਿਰੂ ਦੇ ਹੱਥੀਂ ਚੜਿਆ ਹੋਇਆ ਸੀ ਤੇ ਸਿੱਖਾਂ ਨੂੰ ਰਾਜ ਦਵਾ ਕੇ ਰਾਜੀ ਨਹੀਂ ਸੀ। ਉਹ ਵਿਕਿਆ ਹੋਇਆ ਸੀ। ਉਸਨੇ ਜਾਣ ਬੁੱਝ ਕੇ ਟੁੱਚਰ ਅੜਾ ਦਿੱਤੀ ਕਿ ਇਹ ਰਾਜ ਤਾਂ ਸਿੱਖਾਂ ਲਈ ਛੋਟਾ ਹੈ। ਗੱਲ ਕੀ, ਉਸਨੇ ਅੰਗਰੇਜ਼ਾਂ ਨੂੰ ਟਰਕਾਉਣਾ ਸੀ ਕਿ ਕਿਤੇ ਹੋਰ ਲੀਡਰਾਂ ਨੂੰ ਇਕੱਠੇ ਕਰਕੇ ਇਹ ਰਾਜ ਸਿੱਖਾਂ ਨੂੰ ਦੇਣ ਦੀ ਗੱਲ ਅੱਗੇ ਨਾ ਤੋਰ ਲੈਣ। ਇਸ ਲਈ ਉਸਨੇ ਅੰਗਰੇਜ਼ਾਂ ਨੂੰ ਸਾਫ਼ ਹੀ ਇਨਕਾਰ ਕਰ ਦਿੱਤਾ ਕਿ ਅਸੀਂ ਤਾਂ ਤੁਹਾਡੇ ਕੋਲੋਂ ਕੁਝ ਲੈਣਾ ਹੀ ਨਹੀਂ, ਅਸੀਂ ਤਾਂ ਨਹਿਰੂ ਤੋਂ ਆਪੇ ਹੀ ਲੈ ਲਵਾਂਗੇ, ਤੁਸੀਂ ਭਾਰਤ ਛੱਡ ਕੇ ਚਲੇ ਜਾਓ। ਬਲਦੇਵ ਸਿੰਘ ਇੱਕ ਅਮੀਰ ਆਦਮੀ ਦਾ ਪੁੱਤ ਸੀ। ਉੱਤੋਂ ਉਹ ਅਕਾਲੀ ਹੋਣ ਦਾ ਦਿਖਾਵਾ ਕਰਦਾ ਸੀ, ਪਰ ਵਿੱਚੋਂ ਉਹ ਨਹਿਰੂ ਦਾ ਚਮਚਾ ਸੀ। ਉਸ ਦੀਆਂ ਟਾਟਾ ਨਗਰ ਤੇ ਹੋਰ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚ ਫੈਕਟਰੀਆਂ ਸਨ। ਇਸ ਲਈ ਉਸਨੂੰ ਇਹ ਚਿੰਤਾ ਸੀ ਕਿ ਜੇ ਸਿੱਖਾਂ ਨੂੰ ਪੰਜਾਬ ਦਾ ਆਜ਼ਾਦ ਰਾਜ ਮਿਲ ਗਿਆ ਤਾਂ ਮੇਰੀਆਂ ਫੈਕਟਰੀਆਂ ਭਾਰਤ ਦੇ ਬਾਕੀ ਰਾਜਾਂ ਵਿੱਚ ਰਹਿ ਜਾਣਗੀਆਂ। ਇਸੇ ਕਰਕੇ ਉਸਨੇ ਸਾਰੇ ਅਕਾਲੀ ਲੀਡਰ ਖਰੀਦ ਲਏ। ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ, ਸਰਦਾਰ ਕਪੂਰ ਸਿੰਘ ਨੇ ਲਿਖਿਆ ਹੈ ਕਿ ਇੱਕ ਫੈਕਟਰੀ ਵੇਚ ਕੇ ਉਸਨੇ 1,00,000 ਰੁਪਏ ਗਿਆਨੀ ਕਰਤਾਰ ਸਿੰਘ ਨੂੰ ਦਿੱਤੇ ਨਗਦ, ਤੇ 500 ਰੁਪਇਆ ਮਹੀਨਾ ਤਨਖਾਹ ਲਾਈ ਕਿ ਤੂੰ ਸਿੱਖਾਂ ਦਾ ਆਜ਼ਾਦ ਰਾਜ ਨਹੀਂ ਬਣ ਦੇਣਾ। ਇਸ ਲਈ ਗਿਆਨੀ ਕਰਤਾਰ ਸਿੰਘ ਮੰਨ ਗਿਆ। 500,000 ਰੁਪਏ ਮਾਸਟਰ ਤਾਰਾ ਸਿੰਘ ਨੂੰ ਦਿੱਤੇ ਕਿ ਤੂੰ ਸਿੱਖਾਂ ਨੂੰ, ਸਾਰੀ ਸੰਗਤ ਨੂੰ ਤੇ ਛੋਟੇ ਮੋਟੇ ਅਕਾਲੀ ਲੀਡਰਾਂ ਨੂੰ ਆਜ਼ਾਦ ਸਿੱਖ ਰਾਜ ਦੀ ਗੱਲ ਹੀ ਨਹੀਂ ਕਰਨ ਦੇਣੀ। ਇਹ ਇੰਨੇ ਕੁ ਪੈਸੇ ਲੈ ਕੇ ਇਹਨਾਂ ਲੀਡਰਾਂ ਨੇ ਸਿੱਖਾਂ ਦਾ ਰਾਜ ਤੇ ਜ਼ਮੀਰ ਵੇਚ ਦਿੱਤਾ। ਸਿੱਖਾਂ ਨਾਲ ਐਡੀ ਵੱਡੀ ਗਦਾਰੀ ਕੀਤੀ ਕਿ ਸਿੱਖਾਂ ਨੂੰ ਸਦੀਆਂ ਲਈ ਗੁਲਾਮ ਬਣਾ ਦਿੱਤਾ। ਹੁਣ ਸੰਗਤ ਆਪ ਸੋਚ ਲਵੇ ਕਿ ਜੇ ਲੀਡਰ ਹੀ ਅਜਿਹੇ ਗਦਾਰ ਤੇ ਨੀਚ ਨਿਕਲ ਜਾਣ ਤਾਂ ਕੌਮ ਕਿੱਥੇ ਜਾਵੇ। ਅਜੇ ਵੀ ਸਾਡੇ ਭੋਲੇ ਭਾਲੇ ਸਿੱਖ ਸੰਤ ਕਰਤਾਰ ਸਿੰਘ ਤੇ ਮਾਸਟਰ ਤਾਰਾ ਸਿੰਘ ਨੂੰ ਦਰਵੇਸ਼, ਸਿਆਸਤਦਾਨ, ਬੁੱਧੀਜੀਵੀ, ਪੰਥ ਰਤਨ, ਕੌਮ ਦੇ ਮਹਾਨ ਸਪੂਤ ਤੇ ਹੋਰ ਪਤਾ ਨਹੀਂ ਕੀ ਕੀ ਕਹਿ ਕੇ ਉਹਨਾਂ ਦੀਆਂ ਬਰਸੀਆਂ ਤੇ ਜਨਮ ਸ਼ਤਾਬਦੀਆਂ ਮਨਾ ਰਹੀ ਹੈ, ਜਦਕਿ ਉਹਨਾਂ ਨੇ ਸਾਰੀ ਕੌਮ ਨੂੰ ਆਉਣ ਵਾਲੀਆਂ ਸਦੀਆਂ ਤੱਕ ਗਰੀਬੀ ਤੇ ਗੁਲਾਮੀ ਦੀ ਦਲਦਲ ਵਿੱਚ ਐਸਾ ਧੱਕਾ ਮਾਰਿਆ ਜਿਸ ਵਿੱਚੋਂ ਨਿਕਲ ਸਕਣਾ ਸੁਪਨੇ ਵਰਗੀ ਗੱਲ ਹੋ ਗਈ ਹੈ। ਜਿਸ ਆਦਮੀ ਉੱਤੇ ਸਾਰੀ ਕੌਮ ਇੰਨਾ ਯਕੀਨ ਕਰੇ ਤੇ ਉਹ ਬੰਦਾ ਕੌਮ ਨਾਲ ਐਡਾ ਵੱਡਾ ਧੋਖਾ ਤੇ ਗਦਾਰੀ ਕਰਕੇ ਥੋੜੇ ਜਿਹੇ ਪੈਸਿਆਂ ਲਈ ਵਿਕ ਕੇ ਆਪਣਾ ਜ਼ਮੀਰ ਵੇਚ ਕੇ ਸਾਰੀ ਕੌਮ ਦਾ ਬੇੜਾ ਗਰਕ ਕਰ ਦੇਵੇ ਤਾਂ ਅਜਿਹੇ ਲੀਡਰਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ। ਉਸ ਤੋਂ ਬਾਅਦ ਨਹਿਰੂ ਨੇ ਸਿੱਖਾਂ ਨੂੰ ਕਿਹਾ ਕਿ ਉਹਨਾਂ ਨੂੰ ਪੰਜਾਬ ਵਿੱਚ ਵਿਸ਼ੇਸ਼ ਹੱਕ ਦਿੱਤੇ ਜਾਣਗੇ, ਉਹਨਾਂ ਨੂੰ ਸਪੈਸ਼ਲ ਅਧਿਕਾਰ ਦਿੱਤੇ ਜਾਣਗੇ, ਹਿੰਦੂਆਂ ਦਾ ਉਹਨਾਂ ਉੱਤੇ ਕੋਈ ਦਬਾਅ ਨਹੀਂ ਹੋਵੇਗਾ, ਅਸੀਂ ਸਿੱਖਾਂ ਦੀ ਕਦਰ ਕਰਦੇ ਹਾਂ, ਸਿੱਖਾਂ ਨੂੰ ਵਿਸ਼ੇਸ਼ ਆਦਰ ਸਤਿਕਾਰ ਦਿੱਤਾ ਜਾਵੇਗਾ, ਹਿੰਦੁਸਤਾਨ ਇਸ ਗੱਲ ਲਈ ਵਚਨਬੱਧ ਹੈ। ਇਹ ਕਹਿ ਕੇ ਭੋਲੇ ਸਿੱਖਾਂ ਨੂੰ ਮਗਰ ਲਾ ਕੇ ਉਹਨਾਂ ਨੇ ਹਿੰਦੁਸਤਾਨ ਵਿੱਚ ਰਹਿਣ ਲਈ ਸਹਿਮਤ ਕਰ ਲਿਆ। ਲੀਡਰ ਤਾਂ ਪਹਿਲਾਂ ਹੀ ਨਹਿਰੂ ਕੋਲ ਵਿਕੇ ਹੋਏ ਸਨ। ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ ਕਿ ਮਿਸਟਰ ਜਿਨਾਹ ਨੇ ਮਈ ਸੰਨ 1947 ਵਿੱਚ ਮਾਸਟਰ ਤਾਰਾ ਸਿੰਘ ਤੇ ਮਹਾਰਾਜਾ ਪਟਿਆਲਾ ਸਰ ਯਾਦਵਿੰਦਰ ਸਿੰਘ ਨੂੰ ਮਿਲ ਕੇ ਇੱਕ ਭਰਪੂਰ ਕੋਸ਼ਿਸ਼ ਕੀਤੀ ਕਿ ਮੁਸਲਮਾਨਾਂ ਤੇ ਸਿੱਖਾਂ ਵਿੱਚ ਸਹਿਯੋਗ ਹੋ ਜਾਵੇ ਤੇ ਸਿੱਖ ਪਾਕਿਸਤਾਨ ਦੇ ਨਾਲ ਇੱਕ ਆਜ਼ਾਦ ਸਿੱਖ ਰਾਜ ਲੈ ਲੈਣ, ਜੋ ਪਾਕਿਸਤਾਨ ਦੇ ਨਾਲ ਹੀ ਰਹੇ ਪਰ ਆਜ਼ਾਦ ਸਿੱਖ ਰਾਜ ਹੋਵੇ। ਉਹਨਾਂ ਨੇ ਤਜਵੀਜ਼ ਰੱਖੀ ਕਿ ਨੰਬਰ 1 ਪੰਜਾਬ ਵੰਡਿਆ ਨਾ ਜਾਵੇ, ਪਾਕਿਸਤਾਨ ਦਾ ਭਾਗ ਬਣ ਜਾਵੇ ਅਤੇ ਮੁਸਲਮਾਨ ਤਸਲੀਮ ਕਰਦੇ ਹਨ ਕਿ ਜਮਨਾ ਤੋਂ ਲੈ ਕੇ ਰਾਵੀ ਤੱਕ ਦਾ ਇਲਾਕਾ ਸਿੱਖਾਂ ਦੀ ਪਿਤਰੀ ਭੂਮੀ ਹੈ ਅਤੇ ਕਿਉਂ ਸਿੱਖ ਪਾਕਿਸਤਾਨ ਅੰਦਰ ਅੰਤਰ ਜਾਤੀ ਹਨ ਜਿਨ੍ਹਾਂ ਦੇ
ਆਪਣੀ ਪਿਤਰੀ ਭੂਮੀ ਵਿੱਚ ਵਿਸ਼ੇਸ਼ ਅਧਿਕਾਰ ਅੰਦਰੂਨੀ ਆਜ਼ਾਦੀ ਦੇ ਹਨ। ਨੰਬਰ 2, ਪੰਜਾਬ ਵਿੱਚ 33% ਸੀਟਾਂ ਸਿੱਖਾਂ ਦੀਆਂ ਰਾਖਵੀਆਂ ਹਨ ਅਤੇ ਸਾਰੇ ਪਾਕਿਸਤਾਨ ਵਿੱਚ 20% ਸੀਟਾਂ ਦੇ ਹੱਕ ਸਿੱਖਾਂ ਲਈ ਪੱਕੇ ਤੌਰ 'ਤੇ ਮੰਨਦੇ ਹਨ। ਪਾਕਿਸਤਾਨ ਦੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟਾਂ ਵਿੱਚ ਵੀ ਇਹ ਅਧਿਕਾਰ ਰਾਖਵੇਂ ਅਸੀਂ ਲਿਖਤੀ ਦੇਣ ਲਈ ਤਿਆਰ ਹਾਂ। ਪੰਜਾਬ ਵਿੱਚ ਗਵਰਨਰ ਜਾਂ ਮੁੱਖ ਮੰਤਰੀ ਇੱਕ ਹਮੇਸ਼ਾ ਸਿੱਖ ਰਹੇਗਾ। ਨੰਬਰ 4, ਪਾਕਿਸਤਾਨ ਦੀ ਫੌਜ ਵਿੱਚ ਹਮੇਸ਼ਾ 40% ਸਿੱਖ ਭਰਤੀ ਕੀਤੇ ਜਾਣਗੇ ਅਤੇ ਫੌਜੀ ਅਫਸਰ ਵੀ 40% ਤੇ ਫੌਜੀ ਹਾਈ ਕਮਾਂਡ ਵਿੱਚ ਵੀ 40% ਸਿੱਖ ਪੱਕੇ ਹੋਣਗੇ। ਨੰਬਰ 5, ਪਾਕਿਸਤਾਨ ਵਿੱਚ ਕੋਈ ਕਾਨੂੰਨ ਜਾਂ ਵਿਧਾਨ ਜਿਸ ਨੂੰ ਸਿੱਖ ਬਹੁਤ ਸੰਮਤੀ ਨਾਲ ਕਹਿਣ ਕਿ ਸਿੱਖਾਂ ਦੇ ਬਰਖਿਲਾਫ ਹੈ ਜਾਂ ਸਿੱਖਾਂ ਨਾਲ ਵਿਤਕਰੇ ਵਾਲਾ ਹੈ ਪਾਸ ਹੋ ਕੇ ਲਾਗੂ ਨਹੀਂ ਹੋ ਸਕੇਗਾ, ਜਿੰਨਾ ਚਿਰ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਕੋਰਟ ਇਹ ਨਾ ਕਹਿ ਦੇਵੇ ਕਿ ਉਸ ਕਾਨੂੰਨ ਦਾ ਸਿੱਖਾਂ ਉੱਤੇ ਸਿੱਧਾ ਅਸਰ ਨਹੀਂ ਪੈਂਦਾ। ਇਹ ਸਾਰੀਆਂ ਗੱਲਾਂ ਮਿਸਟਰ ਜਿਨਾਹ ਸੰਵਿਧਾਨਕ ਤੌਰ 'ਤੇ ਲਾਗੂ ਕਰਨਾ ਮੰਨਦੇ ਸਨ। ਸਰਦਾਰ ਕਪੂਰ ਸਿੰਘ ਨੇ ਮਿਸਟਰ ਜਿਨਾਹ ਨੂੰ ਪੁੱਛਿਆ ਕਿ ਤੁਸੀਂ ਸਿੱਖਾਂ ਨੂੰ ਨਾਲ ਰਲਾਉਣ ਲਈ ਇੰਨੇ ਕਾਲੇ ਕਿਉਂ ਹੋ? ਤਾਂ ਉਹਨਾਂ ਨੇ ਉੱਤਰ ਦਿੱਤਾ, ਜੇ ਸਿੱਖ ਮੁਸਲਮਾਨ ਨਾਲ ਰਲ ਕੇ ਰਹਿਣਾ ਮੰਨ ਲੈਣ ਤਾਂ ਨਾ ਤਾਂ ਪੰਜਾਬ ਦੀ ਤਕਸੀਮ ਹੋਵੇਗੀ ਨਾ ਬੰਗਾਲ ਦੀ। ਹਿੰਦੂਆਂ ਨੂੰ ਹਿੰਦੁਸਤਾਨ ਜੋ ਮਿਲਣਾ ਹੈ, ਇਸ ਲਈ ਉਹ ਪੰਜਾਬ ਅਤੇ ਬੰਗਾਲ ਦੀ ਤਕਸੀਮ 3 ਕਾਲ ਅੰਗਰੇਜ਼ਾਂ ਕੋਲੋਂ ਨਹੀਂ ਮਨਵਾ ਸਕਦੇ। ਇਹ ਪ੍ਰਾਂਤਕ ਤਕਸੀਮ ਹੋਵੇਗੀ ਤਾਂ ਸਿੱਖਾਂ ਦੇ ਕਹੇ 'ਤੇ ਅਤੇ ਸਿੱਖਾਂ ਦਾ ਹੀ ਲਿਹਾਜ਼ ਕਰਕੇ। ਇਹ ਤਕਸੀਮ ਸਿੱਖਾਂ ਦੀ ਰੀੜ੍ਹ ਦੀ ਹੱਡੀ ਤੋੜ ਦੇਵੇਗੀ ਅਤੇ ਪਾਕਿਸਤਾਨ ਦਾ ਲੱਕ। ਇਸ ਨੂੰ ਰੋਕਣ ਲਈ ਮੁਸਲਮਾਨ ਅਤਾਵਲੇ ਹਨ। ਸੰਨ 1947 ਦੇ ਚੜ੍ਹਾਅ ਦੀ ਗੱਲ ਹੈ ਤਾਂ ਸਰਦਾਰ ਕਪੂਰ ਸਿੰਘ ਮਿਸਟਰ ਜਿਨਾਹ ਨੂੰ ਲਾਹੌਰ ਮਿਲਿਆ ਅਤੇ ਉਹਨਾਂ ਨੇ ਮਿਸਟਰ ਜਿਨਾਹ ਨੂੰ ਕਿਹਾ ਕਿ ਸਿੱਖ ਮੁਸਲਮ ਬਹੁਗਿਣਤੀ ਦੇ ਰਾਜ ਤੋਂ ਬਹੁਤ ਤ੍ਰਿਪਕਦੇ ਹਨ, ਇਸ ਬਾਰੇ ਸਿੱਖਾਂ ਦਾ ਪਿਛਲਾ ਤਜਰਬਾ ਕੋਈ ਬਹੁਤਾ ਅੱਛਾ ਨਹੀਂ। ਤਾਂ ਮਿਸਟਰ ਜਿਨਾਹ ਨੇ ਮੁਸਕਰਾ ਕੇ ਉੱਤਰ ਦਿੱਤਾ, ਤ੍ਰਿਪਕਣਾ ਤਾਂ ਮੁਸਲਮਾਨਾਂ ਨੂੰ ਚਾਹੀਦਾ ਹੈ, ਸਿੱਖਾਂ ਨਾਲ ਸਾਂਝ ਪਾ ਕੇ ਜਿਹੜਾ ਪਾਕਿਸਤਾਨ ਬਣੇਗਾ ਉਸ ਦਾ ਪਹਿਲਾ ਕਾਨੂੰਨ ਇਹੋ ਬਣਨਾ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਦਾ ਧਰਮ, ਗੁਰਦੁਆਰੇ, ਜ਼ਮੀਨਾਂ, ਜਾਇਦਾਦਾਂ, ਜਾਨ ਮਾਲ ਵਿਸ਼ੇਸ਼ ਤੌਰ 'ਤੇ ਸੁਰੱਖਿਅਤ ਹਨ। ਪਾਕਿਸਤਾਨ ਸਥਾਪਿਤ ਹੋਣ ਤੋਂ 6 ਮਹੀਨੇ ਦੇ ਅੰਦਰ ਅੰਦਰ ਪਾਕਿਸਤਾਨ ਵਿੱਚ ਵੱਸਦੇ ਹਿੰਦੂਆਂ ਨੇ ਆਪਣੇ ਆਪ ਨੂੰ ਸਿੱਖ ਲਿਖਵਾ ਦੇਣਾ ਹੈ, ਜਿਸ ਨਾਲ ਪਾਕਿਸਤਾਨ ਵਿੱਚ ਸਿੱਖ ਬਹੁਗਿਣਤੀ ਹੋ ਜਾਣੇ ਹਨ ਅਤੇ ਮੁਸਲਮਾਨ ਘੱਟ ਗਿਣਤੀ। ਇਉਂ ਮੁਸਲਮਾਨ ਖਤਮ ਹੋ ਜਾਵੇਗਾ ਅਤੇ ਖਾਲਿਸਤਾਨ ਬਣ ਜਾਵੇਗਾ। ਮੈਂ ਮਿਸਟਰ ਜਿਨਾਹ ਦੀ ਮਰਮੱਗਿਆ ਅਤੇ ਵਿਚਕਸ਼ਣ ਬੁੱਧੀ 'ਤੇ ਚਕਰਤ ਰਹਿ ਗਿਆ, ਇਹ ਗੱਲ ਸਰਦਾਰ ਕਪੂਰ ਸਿੰਘ ਨੇ ਕਹੀ। ਸਰਦਾਰ ਕਪੂਰ ਸਿੰਘ ਕਹਿੰਦੇ ਹਨ ਕਿ ਇਹ ਗੱਲ ਮੈਂ 2 ਉੱਚ ਕੋਟੀ ਦੇ ਅਕਾਲੀ ਲੀਡਰਾਂ ਨਾਲ ਕੀਤੀ ਤਾਂ ਉੱਤਰ ਮਿਲਿਆ, ਹਾ 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 ਹੀ 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 ਹੀ, ਜੈਸੇ ਹਮ ਜਲ ਦੁਆਰਾ ਅਗਨੀ ਕੋ ਸ਼ਾਂਤ ਕਰ ਸਕਦੇ ਹੈਂ, ਛਤਰੀ ਸੇ ਸੂਰਜ ਕੇ ਤੇਜ ਕੋ ਰੋਕ ਸਕਤੇ ਹੈਂ, ਮਸਤ ਹਾਥੀ ਕੋ ਤੀਖੇ ਅੰਕਸ਼ ਸੇ ਕਾਬੂ ਕਰ ਸਕਤੇ ਹੈਂ, ਪਸ਼ੂਓਂ ਕੋ ਲਾਠੀ ਸੇ ਭੈ ਭੀਤ ਕਰ ਸਕਤੇ ਹੈਂ, ਅਨੇਕ ਪ੍ਰਕਾਰ ਕੇ ਰੋਗੋਂ ਕੋ ਔਸ਼ਧੀਓਂ ਸੇ ਸ਼ਾਂਤ ਕਰ ਸਕਤੇ ਹੈਂ, ਇਸੀ ਪ੍ਰਕਾਰ ਉਪੋਦਰੋਂ ਕੀ ਔਸ਼ਧੀਆਂ ਗ੍ਰੰਥੋਂ ਮੇਂ ਲਿਖੀ ਹੋਈ ਹੈ, ਪਰੰਤੂ ਮੂਰਖ ਕੀ ਮੂਰਖਤਾ ਨਸ਼ਟ ਕਰਨੇ ਕੀ ਕੋਈ ਵਿਧੀ ਕਿਸੀ ਗ੍ਰੰਥ ਸ਼ਾਸਤਰ ਮੇਂ ਨਹੀਂ ਲਿਖੀ ਹੈ। ਇਹ ਵਾਕ ਭਾਰਥਰੀ ਹਰੀ ਜੀ ਦਾ ਸੰਸਕ੍ਰਿਤ ਵਿੱਚ ਲਿਖੇ ਹੋਏ ਦਾ ਅਨੁਵਾਦ ਹੈ। ਇਹ ਤਜਵੀਜ਼ਾਂ ਸਰਦਾਰ ਕਪੂਰ ਸਿੰਘ ਨੂੰ ਚੰਗੀਆਂ ਲੱਗੀਆਂ
ਤੇ ਉਹਨਾਂ ਦੀ ਰਾਏ ਸੀ ਕਿ ਸਾਰੇ ਹਿੰਦੁਸਤਾਨ ਦਾ, ਹਿੰਦੂਆਂ ਦਾ ਤੇ ਸਿੱਖਾਂ ਦਾ, ਮੁਸਲਮਾਨਾਂ ਦਾ ਵੀ ਭਲਾ ਹੋ ਜਾਵੇਗਾ ਤੇ ਸੰਯੁਕਤ ਹਿੰਦੁਸਤਾਨ ਦੀ ਆਤਮਕ ਸਲਾਮਤੀ ਬਚੀ ਰਹੇਗੀ। ਉਸਨੇ ਆਪ ਅੱਗੇ ਹੋ ਕੇ ਤਾਂ ਕੋਈ ਗੱਲ ਨਾ ਕੀਤੀ, ਪਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਦੋ ਸੱਜਣਾਂ ਰਾਹੀਂ ਮਿਸਟਰ ਜਨਾਹ ਤੇ ਮਾਸਟਰ ਤਾਰਾ ਸਿੰਘ ਨੂੰ ਮਿਲਾਉਣ ਦਾ ਸਮਾਂ ਨਿਯਤ ਕੀਤਾ। ਇੱਕ ਕੋਠੀ ਵਿੱਚ ਸਵੇਰੇ 11 ਵਜੇ ਮੁਲਾਕਾਤ ਹੋਣੀ ਸੀ ਤੇ ਮਾਸਟਰ ਜੀ ਉੱਥੇ 10 ਵਜੇ ਹੀ ਪਹੁੰਚ ਗਏ। ਉਹਨਾਂ ਨੂੰ ਸਾਰੀ ਗੱਲਬਾਤ ਦੱਸੀ ਗਈ ਤੇ ਉਹ ਗੱਲਬਾਤ ਕਰਨ ਉੱਤੇ ਰਾਜੀ ਵੀ ਜਾਪਦੇ ਸਨ, ਪਰ 11:15 ਉਹਨਾਂ ਦੇ ਮਨ ਵਿੱਚ ਕੋਈ ਤੌਖਲਾ ਉੱਠਿਆ ਤੇ ਫੁਰਨਾ ਫੁਰਿਆ, ਜਿਸ ਕਰਕੇ ਉਹ ਕੋਠੀ ਦੇ ਪਿਛਲੇ ਨੌਕਰਾਂ ਵਾਲੇ ਰਾਹ ਵਿੱਚੋਂ ਨਿਕਲ ਕੇ ਮਿਸਟਰ ਜਨਾਹ ਦੇ ਪਹੁੰਚਣ ਤੋਂ 10 ਮਿੰਟ ਪਹਿਲਾਂ ਖਿਸਕ ਗਏ। ਕੁਝ ਦਿਨਾਂ ਪਿੱਛੋਂ ਸਰਦਾਰ ਕਪੂਰ ਸਿੰਘ ਨੇ ਮਾਸਟਰ ਜੀ ਤੋਂ ਪੁੱਛਿਆ ਕਿ ਤੁਸੀਂ ਉਸ ਦਿਨ ਕਿਉਂ ਚਲੇ ਗਏ ਸੀ, ਤਾਂ ਮਾਸਟਰ ਜੀ ਨੇ ਜਵਾਬ ਦਿੱਤਾ ਕਿ ਮੁਸਲਮਾਨਾਂ ਨਾਲ ਸਾਡੀ ਸੁਲਾਹ ਨਹੀਂ ਹੋ ਸਕਦੀ, ਜਿਨ੍ਹਾਂ ਨੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਸਨ। ਤਾਂ ਸਰਦਾਰ ਕਪੂਰ ਸਿੰਘ ਨੇ ਕਿਹਾ ਕਿ ਜਿਸ ਦੇ ਸਾਹਿਬਜ਼ਾਦੇ ਸਰਹਿੰਦ ਵਿੱਚ ਕੰਧੀ ਚਿਣੇ ਗਏ ਸੀ, ਉਹ ਤਾਂ ਔਰੰਗਜ਼ੇਬ ਨਾਲ ਗੱਲਬਾਤ ਰਾਹੀਂ ਸੁਲਾਹ ਕਰਨ ਨੂੰ ਹਰ ਵੇਲੇ ਤਿਆਰ ਸੀ। ਤਾਂ ਫਿਰ ਕਹਿਣ ਲੱਗੇ ਕਿ ਪੋਠੋਹਾਰ ਵਿੱਚ ਜੋ ਕੁਝ ਹੋਇਆ, ਉਸ ਪਿੱਛੋਂ ਸਾਡੀ ਮੁਸਲਮਾਨਾਂ ਨਾਲ ਕੀ ਸਾਂਝ ਰਹਿ ਗਈ। ਇਹ ਗੱਲ ਸਰਦਾਰ ਕਪੂਰ ਸਿੰਘ ਦੀ ਸਮਝ ਵਿੱਚ ਆ ਗਈ। ਮਾਰਚ 1947 ਵਿੱਚ ਮੁਸਲਮਾਨਾਂ ਨੇ ਬਿਨਾਂ ਕਾਰਨ ਸੋਚੀ ਸਮਝੀ ਪਲਾਨ ਅਨੁਸਾਰ ਹਜ਼ਾਰਾਂ ਸਿੱਖ ਇਸਤਰੀਆਂ, ਮਰਦ, ਬੱਚੇ ਪੋਠੋਹਾਰ ਦੇ ਇਲਾਕੇ ਵਿੱਚ ਬੜੀ ਬੇਦਰਦੀ ਨਾਲ ਮਾਰ ਸੁੱਟੇ ਸਨ। ਇਸ ਕਿਸਮ ਦੇ ਦਰਿੰਦਾ ਸੁਭਾਅ ਲੋਕਾਂ ਨਾਲ ਝਟਪਟ ਕੋਈ ਸਮਝੌਤਾ ਕਰਨਾ ਕਠਿਨ ਸੀ, ਪਰ ਅਸੰਭਵ ਨਹੀਂ ਸੀ, ਕਿਉਂ ਜੋ ਸੱਚੀ ਗੱਲ ਜੋ ਕਹਿਣੀ ਹੀ ਯੋਗ ਹੈ ਇਹ ਹੈ ਕਿ ਸਾਡੇ ਮੁਸਲਮਾਨ ਭਾਈ ਪੰਜਾਬੀ ਤੇ ਪਠਾਨ ਬਲੋਚ ਆਦਿ ਜੇ ਦਰਿੰਦਾ ਸੁਭਾਅ ਦੇ ਹਨ ਤਾਂ ਉਹਨਾਂ ਵਿੱਚ ਅਨੇਕ ਗੁਣ ਵੀ ਹਨ ਜਿਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਨਾ ਕਰਨੀ ਸਿੱਖਾਂ ਨੂੰ ਸੋਭਦੀ ਨਹੀਂ ਅਤੇ ਸਿੱਖਾਂ ਲਈ ਹਾਨੀਕਾਰਕ ਵੀ ਹੈ। ਪਹਿਲੀ ਗੱਲ ਤਾਂ ਇਹ ਕਿ ਮੁਸਲਮਾਨਾਂ ਦੀ ਸਿਆਸੀ ਸੂਝਬੂਝ ਤੇ ਲੌਕਿਕ ਬੁੱਧੀ ਸਿੱਖਾਂ ਨਾਲੋਂ ਕਿਤੇ ਉੱਚ ਪੱਧਰੀ ਹੈ। ਸੰਨ 1947 ਦੀਆਂ ਘਟਨਾਵਾਂ ਪਿੱਛੋਂ ਇਹ ਤਸਲੀਮ ਕਰਨਾ ਹੀ ਚਾਹੀਦਾ। ਦੂਜੇ, ਬਹੁਤ ਸਾਰੀਆਂ ਇਨਸਾਨੀ ਖੂਬੀਆਂ ਇਹਨਾਂ ਮੁਸਲਮਾਨਾਂ ਵਿੱਚ ਵਿਸ਼ੇਸ਼ ਗੁਣ ਹਨ, ਜਿਹਾ ਕਿ ਅੰਗ ਪਾਲਣਾ, ਸਾਰਥੀ ਧਰਮ, ਮਿੱਤਰਤਾ ਨਿਭਾਉਣੀ, ਸੁਹਿਰਦਤਾ ਅਤੇ ਦਿਲ ਨਵਾਜੀ ਦਾ ਸਲੀਕਾ, ਮਨ ਮੋਹ ਲੈਣ ਦਾ ਢੰਗ, ਪਿਆਰ ਮੁਹੱਬਤ ਦੀ ਵਿਧੀ ਤੇ ਵਜ ਅਦਾਰੀ ਮੁਸਲਮਾਨਾਂ ਦੇ ਖੂਨ ਵਿੱਚ ਹੈ, ਜਿਸ ਨੂੰ ਥੋੜ ਦਿਲੀ, ਪੈਸਾ ਪ੍ਰਸਤੀ ਤੇ ਖੁਦਗਰਜੀ ਦੀ ਪਾ ਛੇਤੀ ਛੇਤੀ ਨਹੀਂ ਚੜ੍ਹਦੀ। ਉਹ ਸਿੱਖਾਂ ਲਈ ਖੂੰਖਾਰ ਤੇ ਬੇਦਰਦ, ਦੀਨੀ ਤੁਅਸਬ, ਮਜ਼ਹਬੀ ਜਨੂੰਨ ਹੇਠਾਂ ਜਾਂ ਭੈ ਭੀਤ ਖੌਫ ਜਦਾ ਹੋ ਕੇ ਹੀ ਬਣਦੇ ਹਨ, ਉਂਝ ਸਧਾਰਨ ਤੌਰ ਤੇ ਨਹੀਂ। ਕਹਿਣ ਦਾ ਮਤਲਬ, ਜੇ ਕਿਸੇ ਨੂੰ ਡਰ ਹੋਵੇਗਾ, ਭੈ ਹੋਵੇਗਾ, ਤਾਂ ਉਹ ਦੂਜੇ ਉੱਤੇ ਹਮਲਾ ਕਰੇਗਾ। ਇਸੇ ਕਰਕੇ ਗਲਤ ਫਹਿਮੀ ਵਿੱਚ ਪੋਠੋਹਾਰ ਵਿੱਚ ਸਿੱਖਾਂ ਉੱਤੇ ਉਹਨਾਂ ਨੇ ਹਮਲਾ ਕੀਤਾ। ਇਹ ਗੱਲ ਸਰਦਾਰ ਕਪੂਰ ਸਿੰਘ ਲਿਖਦੇ ਹਨ ਕਿ ਉਹਨਾਂ ਨੂੰ ਸਿੱਖਾਂ ਤੋਂ ਭੈ ਹੋ ਗਿਆ ਸੀ, ਉੱਥੇ ਇਸ ਤਰ੍ਹਾਂ ਦੇ ਦੰਗਿਆਂ ਦਾ ਮਾਹੌਲ ਬਣ ਗਿਆ ਸੀ, ਜਿਸ ਕਰਕੇ ਦੰਗੇ ਹੋਏ ਤੇ ਉੱਥੇ ਕਤਲੇਆਮ ਹੋਇਆ। ਇਹ ਗੱਲ ਕਹਿਣੀ ਜ਼ਰੂਰੀ ਹੈ ਕਿ ਜਿੱਥੇ ਦੰਗੇ ਹੋ ਜਾਣ, ਜਿਹੜੀ ਕੌਮ ਦੀ ਬਹੁ ਗਿਣਤੀ ਹੋਵੇਗੀ ਉਹ ਘੱਟ ਗਿਣਤੀ ਨੂੰ ਤਾਂ ਨੁਕਸਾਨ ਪਹੁੰਚਾਏਗੀ ਹੀ, ਦੰਗੇ ਚਾਹੇ ਕਿਸੇ ਵੀ ਧਰਮ ਦੇ ਹੋਣ। ਸਰਦਾਰ ਕਪੂਰ ਸਿੰਘ ਲਿਖਦੇ ਹਨ, ਸਾਡੇ ਸਿੱਖਾਂ ਦੇ ਸਾਹਿਤ ਵਿੱਚ ਮੁਸਲਮਾਨਾਂ ਦੀ ਦਰਿੰਦਗੀ ਬਾਬਤ ਜੋ ਇਸ਼ਾਰੇ ਹਨ, ਤੁਰਕ ਧਰਮ ਮੇਂ ਦਇਆ ਅਭਾਵ ਆਦਿਕ, ਉਹ ਇੱਥੇ ਭਾਵ ਅਰਥ ਦੇ ਹਨ। ਮਾਰਚ 1947 ਵਿੱਚ ਪੋਠੋਹਾਰ ਵਿੱਚ ਜੋ ਸਿੱਖਾਂ ਵਿਰੁੱਧ ਖੁੰਖਾਰੀ ਮੁਸਲਮਾਨਾਂ ਨੇ ਦਿਖਾਈ, ਉਹ ਬਹੁਤ ਹੱਦ ਤੱਕ ਸਿੱਖਾਂ ਕੋਲੋਂ ਭੈ ਭੀਤ ਹੋ ਕੇ ਕੀਤੀ। ਜਿਵੇਂ ਸੱਪ, ਸਿੰਘ ਆਦਿ ਦਰਿੰਦੇ ਹਮਲਾ ਕਰਦੇ ਤੇ ਡੰਗ ਮਾਰਦੇ ਹਨ ਤੇ ਡਰ ਕੇ ਐਵੇਂ ਸਹਿਜ ਸੁਭਾਅ ਨਹੀਂ, ਇਹ ਸੱਚਾਈ ਅੱਖੋਂ ਓਹਲੇ ਕਰਨਾ ਕਿਵੇਂ ਵੀ ਯੋਗ ਨਹੀਂ। ਸੰਨ 1932 ਦੀ ਗੱਲ ਹੈ। ਸਰਦਾਰ ਕਪੂਰ ਸਿੰਘ
ਚੌਧਰੀ ਬਰਕਤ ਅਲੀ ਪਾਕਿਸਤਾਨ ਦੀ ਮੰਗ ਦਾ ਅਸਲੀ ਮਦਈ ਖਵਾਜਾ ਅਬਦੁਲ ਰਹੀਮ ICS ਅਤੇ ਸ੍ਰੀ ਸ਼ਾਂਤੀ ਸਰੂਪ ਧਵਨ ਜੋ ਪਿੱਛੋਂ ਅਲਾਹਾਬਾਦ ਵਿੱਚ ਬੈਰਿਸਟਰੀ ਕਰਦੇ ਰਹੇ ਅਤੇ ਉੱਥੇ ਹਾਈਕੋਰਟ ਦੇ ਜੱਜ ਵੀ ਰਹੇ ਅਤੇ ਨਹਿਰੂ ਪਰਿਵਾਰ ਦੇ ਬੜੇ ਨਿਕਟਵਰਤੀ ਵੀ। ਅਸੀਂ ਚਾਰੇ ਯੂਨੀਵਰਸਿਟੀ ਦੇ ਵਿਦਿਆਰਥੀ ਕੈਂਬਰਿਜ ਵਿੱਚ ਇਕੱਠੇ ਚਾਹ ਪੀ ਰਹੇ ਸਾਂ ਕਿ ਪਾਕਿਸਤਾਨ ਦੀ ਗੱਲ ਛਿੜ ਪਈ। ਇਹ ਗੱਲ ਸਰਦਾਰ ਕਪੂਰ ਸਿੰਘ ਲਿਖ ਰਹੇ ਹਨ ਕਿ ਸ਼ਾਂਤੀ ਸਰੂਪ ਧਵਨ ਡੇਰਾ ਇਸਮਾਇਲ ਖਾਨ ਦੇ ਇਲਾਕੇ ਦੇ ਵਸਨੀਕ ਹਿੰਦੂ ਸਨ ਅਤੇ ਉਹਨਾਂ ਨੂੰ ਚੌਧਰੀ ਬਰਕਤ ਅਲੀ ਕਹਿਣ ਲੱਗੇ ਕਿ ਲਾਲਾ ਜੀ ਤੁਸੀਂ ਸਾਨੂੰ ਮੁਸਲਮਾਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਪਾਕਿਸਤਾਨ ਤਾਂ ਦੇਣਾ ਹੀ ਪੈਣਾ ਹੈ। ਤਾਂ ਧਵਨ ਨੇ ਉੱਤਰ ਦਿੱਤਾ, ਮੈਂ ਮੰਨਦਾ ਹਾਂ ਕਿ ਜੇ ਕੋਈ ਮੁਸਲਮਾਨ ਮੇਰੇ ਘਰ ਆ ਵੜੇ ਅਤੇ ਮੇਰੇ ਸਾਹਮਣੇ ਮੇਰੀ ਪਤੀਵਰਤਾ ਵਹੁਟੀ ਜਾਂ ਮੇਰੀ ਭੈਣ ਦੀ ਜ਼ਬਰਦਸਤੀ ਬੇਪਤੀ ਕਰਨਾ ਆਰੰਭ ਕਰ ਦੇਵੇ ਤਾਂ ਮੈਂ ਮਰਨ ਮਾਰਨ ਦੀ ਥਾਂ ਚਾਰ ਪਾਈ ਹੇਠਾਂ ਲੁਕ ਜਾਵਾਂਗਾ। ਪਰ ਸਾਡੇ ਹਿੰਦੂਆਂ ਕੋਲ ਇੱਕ ਵੱਡਾ ਹਥਿਆਰ ਹੈ ਜਿਸ ਨਾਲ ਅਸੀਂ ਮੁਸਲਮਾਨਾਂ ਦਾ ਮੁਕਾਬਲਾ ਕਰਾਂਗੇ, ਉਹ ਹਥਿਆਰ ਹੈ ਸਿੱਖ। ਇਹ ਸੁਣ ਕੇ ਅਸੀਂ ਸਾਰੇ ਹੱਸ ਪਏ ਅਤੇ ਮੈਂ ਢਿੱਲਾ ਮੱਠਾ ਪ੍ਰੋਟੈਸਟ ਵੀ ਕੀਤਾ। ਸਰਦਾਰ ਕਪੂਰ ਸਿੰਘ ਕਹਿੰਦੇ, ਉਹਨਾਂ ਨੇ ਕਿਹਾ ਕਿ ਲਾਲਾ ਜੀ ਸਿੱਖ ਇੰਨੇ ਲੋਲੇ ਤੇ ਗਧੇ ਨਹੀਂ ਜਿੰਨਾ ਤੁਸੀਂ ਸਮਝ ਰੱਖਿਆ ਹੈ। ਫਿਰ ਅਸੀਂ ਸਾਰੇ ਖਿੜਖਿੜਾ ਕੇ ਹੱਸੇ, ਪਰ ਧਵਨ ਸਾਹਿਬ ਸੰਜੀਦਗੀ ਨਾਲ ਕਹਿਣ ਲੱਗੇ, ਸਰਦਾਰ ਜੀ ਦੇਖਦੇ ਜਾਓ ਲੋਲਾ ਕੌਣ ਹੈ ਤੇ ਗਧਾ ਕੌਣ। ਅਸੀਂ ਹਿੰਦੂ ਹੋਰ ਕੁਝ ਵੀ ਹੋਈਏ, ਨਾ ਲੋਲੇ ਹਾਂ ਤੇ ਨਾ ਗਧੇ। ਇਸ ਦਾ ਕਹਿਣ ਦਾ ਮਤਲਬ ਕੀ ਸੀ ਇਹ ਤੁਸੀਂ ਆਪ ਹੀ ਸਮਝ ਲਓ। ਤੇ ਬਾਅਦ ਵਿੱਚ ਸਰਦਾਰ ਕਪੂਰ ਸਿੰਘ ਨੇ ਉਸ ਵੇਲੇ ਪਾਕਿਸਤਾਨ ਸਥਾਪਿਤ ਹੋਣ ਤੋਂ ਪਹਿਲਾਂ 15 ਵਰੇ ਪਹਿਲਾਂ ਕੀ ਪਤਾ ਸੀ ਕਿ ਧਵਨ ਸਾਹਿਬ ਦੀਆਂ ਕਥਿਤ ਇਹ ਦੋਵੇਂ ਉਪਾਧੀਆਂ ਸਿੱਖਾਂ ਉੱਤੇ ਹੀ ਪੂਰੀਆਂ ਢੁੱਕਣਗੀਆਂ। ਸਰਦਾਰ ਕਪੂਰ ਸਿੰਘ ਕਹਿੰਦੇ ਹਨ, ਸੰਨ 1946 ਵਿੱਚ ਜਦੋਂ ਇਹ ਸਪਸ਼ਟ ਹੋ ਗਿਆ ਕਿ ਪਾਕਿਸਤਾਨ ਹਿੰਦੂਆਂ ਨੇ ਦੇ ਦੇਣਾ ਹੈ ਅਤੇ ਮੁਸਲਮਾਨਾਂ ਨੇ ਲੈ ਲੈਣਾ ਹੈ, ਤਦ ਆਨੰਦ ਭਵਨ ਇਲਾਹਾਬਾਦ ਵਿੱਚ ਚੰਗੇ ਸਿਆਣੇ ਹਿੰਦੂਆਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਪਾਕਿਸਤਾਨ ਨੂੰ ਛੋਟੇ ਤੋਂ ਛੋਟਾ ਅਤੇ ਲੰਗੜਾ ਬਣਾਉਣ ਬਾਬਤ ਵਿਚਾਰ ਵਿਮਰਸ਼ ਹੋਇਆ ਅਤੇ ਨਿਸ਼ਚਾ ਕੀਤਾ ਗਿਆ ਕਿ ਜਿਵੇਂ ਕਿਵੇਂ ਹੋਵੇ ਹਿੰਦੂਆਂ ਦੇ ਵਪਾਰਕ ਹਿੱਤਾਂ ਨੂੰ ਮੁੱਖ ਰੱਖ ਕੇ ਕਲਕੱਤਾ ਜ਼ਰੂਰ ਹਿੰਦੁਸਤਾਨ ਵਿੱਚ ਰੱਖ ਲਿਆ ਜਾਵੇ, ਲਾਹੌਰ ਪਾਕਿਸਤਾਨ ਵਿੱਚ ਜਾਂਦਾ ਹੈ ਤਾਂ ਬੇਸ਼ੱਕ ਚਲਾ ਜਾਵੇ। ਤਦ ਕਿਹਾ ਗਿਆ ਕਿ ਮਹਾਰਾਜਾ ਬੀਕਾਨੇਰ ਜਾਂ ਨੇਪਾਲ ਰਾਹੀਂ ਮਾਸਟਰ ਤਾਰਾ ਸਿੰਘ ਨਾਲ ਸੰਪਰਕ ਕਰਕੇ ਗੋਂਦ ਗੁੰਦੀ ਜਾਵੇ। ਇਹ ਗੱਲ ਜੂਨ ਜਾਂ ਜੁਲਾਈ ਸੰਨ 1946 ਦੀ ਹੈ। ਮਹੀਨਾ ਅਕਤੂਬਰ ਜਾਂ ਨਵੰਬਰ ਸੰਨ 1946 ਵਿੱਚ ਮਾਸਟਰ ਤਾਰਾ ਸਿੰਘ ਜੀ ਨੇ ਇੱਕ ਬੀਰ ਰਸੀ ਬਿਆਨ ਅਖਬਾਰਾਂ ਵਿੱਚ ਇਸ ਭਾਵ ਦਾ ਦਿੱਤਾ, ਸਿੱਖ 100% ਹਿੰਦੂਆਂ ਦੇ ਨਾਲ ਹਨ ਪਰ ਕਾਂਗਰਸ ਨਾਲ ਸਿੱਖਾਂ ਦਾ ਇੱਕ ਵੱਡਾ ਮਤਭੇਦ ਹੈ। ਸਿੱਖਾਂ ਨੂੰ ਡਰ ਹੈ ਕਿ ਕਾਂਗਰਸ ਕਿਤੇ ਪਾਕਿਸਤਾਨ ਦੇਣਾ ਨਾ ਮੰਨ ਜਾਵੇ, ਪਾਕਿਸਤਾਨ ਸਿੱਖਾਂ ਦੀਆਂ ਲਾਸ਼ਾਂ ਉੱਤੇ ਬਣੇਗਾ। ਇਹ ਬਿਆਨ ਸਨ ਮਾਸਟਰ ਤਾਰਾ ਸਿੰਘ ਜੀ ਦੇ। ਸੰਨ 1928 ਜਾਂ 29 ਵਿੱਚ ਡਾਕਟਰ ਸਰ ਮੁਹੰਮਦ ਇਕਬਾਲ ਨੇ ਇੱਕ ਨਿੱਜੀ ਗੱਲਬਾਤ ਵਿੱਚ ਕਿਹਾ ਸੀ ਕਿ ਮੁਸਲਮਾਨ ਤਾਂ ਕੇਵਲ ਆਪਣਾ ਬਚਾਅ ਚਾਹੁੰਦੇ ਹਨ ਕਿ ਅੰਗਰੇਜ਼ਾਂ ਦੇ ਚਲੇ ਜਾਣ ਪਿੱਛੋਂ ਸਾਰੀ ਰਾਜ ਸ਼ਕਤੀ ਹਿੰਦੂਆਂ ਦੇ ਹੱਥ ਵਿੱਚ ਆਉਣ ਪਿੱਛੋਂ ਮੁਸਲਮਾਨਾਂ ਦੇ ਕਿਤੇ ਉਹ ਹਸ਼ਰ ਨਾ ਹੋਵੇ ਜੋ ਸੰਨ 1492 ਵਿੱਚ ਸਪੇਨ ਦੇਸ਼ ਦੀ ਗਰਨਾਡਾ ਦੀ ਲੜਾਈ ਵਿੱਚ ਮੁਸਲਮਾਨਾਂ ਦੀ ਹਾਰ ਪਿੱਛੋਂ ਮੁਸਲਮਾਨਾਂ ਦਾ ਹੋਇਆ ਸੀ, ਜਦੋਂ ਕਿ ਸਪੇਨ ਦੇਸ਼ ਵਿੱਚੋਂ ਸਭ ਮੁਸਲਮਾਨ ਜਾਂ ਤਾਂ ਕੱਢ ਦਿੱਤੇ ਗਏ ਸਨ ਅਤੇ ਜਾਂ ਈਸਾਈ ਬਣਾ ਲਏ ਗਏ ਸਨ। ਮਾਸਟਰ ਤਾਰਾ ਸਿੰਘ ਜੀ ਦੀ ਇਸ ਮੂਰਖਮਤੀ ਪਿੱਛੋਂ ਰਾਜਾ ਸਰ ਗਾਜ਼ਨਫਰ ਅਲੀ ਨੇ ਸਰ ਮੁਹੰਮਦ ਇਕਬਾਲ ਦੀ ਉਪਰੋਕਤ ਗੱਲ ਚਿਤਾਰ ਕੇ ਕਿਹਾ ਕਿ ਸਿੱਖ ਕੀ ਵਿਚਾਰ ਕੇ ਆਪਣੇ ਹਾਣ ਲਾਭ ਤੋਂ ਉੱਕਾ ਬੇਪਰਵਾਹ ਹੋ ਕੇ ਕੇਵਲ ਹਿੰਦੂਆਂ ਦੇ ਹੱਥ ਠੋਕੇ ਬਣ ਕੇ ਆਪਣੇ
ਮੁਸਲਮਾਨ ਗਵਾਂਢੀਆਂ ਦੇ ਲਹੂ ਵਿੱਚ ਨਹਾਉਣਾ ਚਾਹੁੰਦੇ ਹਨ। ਇਸ ਪ੍ਰਸ਼ਨ ਦਾ ਉੱਤਰ ਸਿੱਖਾਂ ਕੋਲੋਂ ਤਵਾਰੀਖ ਅੱਜ ਵੀ ਮੰਗ ਰਹੀ ਹੈ। ਸੰਨ 1942 ਵਿੱਚ ਇੱਕ ਦਿਨ ਗਿਆਨੀ ਸ਼ੇਰ ਸਿੰਘ ਮਸ਼ਹੂਰ ਸਿੱਖ ਲੀਡਰ ਨੇ ਸਰਦਾਰ ਕਪੂਰ ਸਿੰਘ ਨੂੰ ਇਹ ਗੱਲ ਲਾਹੌਰ ਵਿੱਚ ਦੱਸੀ ਕਿ ਲਖਨਊ ਕਾਨਫਰੰਸ ਵੇਲੇ ਜਿਸ ਕਾਨਫਰੰਸ ਵਿੱਚ ਗਿਆਨੀ ਸ਼ੇਰ ਸਿੰਘ ਜੀ ਸਿੱਖਾਂ ਦੇ ਨੁਮਾਇੰਦੇ ਦੇ ਰੂਪ ਵਿੱਚ ਸ਼ਾਮਲ ਸਨ, ਪੰਡਿਤ ਮਦਨ ਮੋਹਨ ਮਾਲਵੀਆ ਨੇ ਗਿਆਨੀ ਸ਼ੇਰ ਸਿੰਘ ਜੀ ਨੂੰ ਇਕੱਲਿਆਂ ਕਰਕੇ ਕਿਹਾ, ਗਿਆਨੀ ਜੀ ਆਪ ਚਿੰਤਾ ਨਾ ਕਰੋ, ਅੰਗਰੇਜ਼ੋਂ ਕੋ ਚਲਾ ਜਾਣੇ ਦੋ, ਹਮ ਕੇਵਲ ਵਿੱਦਿਆ ਪ੍ਰਣਾਲੀ ਮੇਂ ਹੀ ਸੰਸ਼ੋਧਨ ਕਰਕੇ ਮੁਸਲਮਾਨੋਂ ਕੀ ਸਾਰੀ ਮੁਸਲਮਾਨੀ ਨਿਕਾਲ ਦੇਂਗੇ। ਗਿਆਨੀ ਜੀ ਨੇ ਦੱਸਿਆ ਕਿ ਉਹਨਾਂ ਦੇ ਮਨ ਵਿੱਚ ਉਸੇ ਵੇਲੇ ਸ਼ੰਕਾ ਫੁਰਿਆ ਕਿ ਇਸੇ ਤਰ੍ਹਾਂ ਹੀ ਹਿੰਦੂ ਸਾਡੀ ਸਿੱਖੀ ਵੀ ਖਤਮ ਕਰ ਸਕਦੇ ਹਨ। ਪਰ 1946 ਵਿੱਚ ਗਿਆਨੀ ਸ਼ੇਰ ਸਿੰਘ ਜੀ ਗੁਰਪਰੀ ਸੁਧਾਰ ਚੁੱਕੇ ਸਨ ਅਤੇ ਮਾਸਟਰ ਤਾਰਾ ਸਿੰਘ ਜੀ ਹੀ ਪੰਥ ਦੇ ਵਾਹਿਦ ਲੀਡਰ ਸਨ। ਇਹਨਾਂ ਦਿਨਾਂ ਵਿੱਚ ਤਰਨਾ ਦਲ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਮਾਸਟਰ ਜੀ ਦੀ ਅੱਲ ਹਿੰਦੂ ਪੁੱਤਰ ਪਾਈ ਹੋਈ ਸੀ। ਇਹ ਗੱਲ ਸਰਦਾਰ ਕਪੂਰ ਸਿੰਘ ਲਿਖਦੇ ਹਨ। ਸੰਨ 1946 ਦੇ ਅੰਤ ਵਿੱਚ ਇਹ ਸਪਸ਼ਟ ਹੋ ਚੁੱਕਾ ਸੀ ਕਿ ਸਿੱਖਾਂ ਦੇ ਲੀਡਰ ਸਿੱਖਾਂ ਦਾ ਹਾਣ ਲਾਭ ਵਿਚਾਰਨ ਦੀ ਥਾਂ ਕੇਵਲ ਮੁਸਲਮਾਨਾਂ ਨੂੰ ਨਿੱਜੀ ਰੱਖਿਆ ਦੇ ਸਾਧਨਾਂ ਵਿੱਚ ਸਫਲ ਨਹੀਂ ਹੋਣ ਦੇਣਾ ਚਾਹੁੰਦੇ। ਇਸ ਪਿਛੋਕੜ ਵਿੱਚ ਪੰਜਾਬ ਦੇ ਮੁਸਲਮਾਨ ਉਸ ਬਿੱਲੀ ਵਾਂਗੂ ਹਨ ਜਿਸ ਨੂੰ ਚੌਹਾਂ ਪਾਸਿਆਂ ਤੋਂ ਘੇਰਾ ਪਾ ਕੇ ਉਸ ਦੇ ਬਚ ਨਿਕਲਣ ਦਾ ਕੋਈ ਰਾਹ ਨਾ ਰਹਿਣ ਦਿੱਤਾ ਜਾਵੇ। ਖੁੰਖਾਰ ਰੂਪ ਧਾਰਨ ਕਰਕੇ ਸਿੱਖਾਂ ਦੇ ਮੱਥੇ ਤੇ ਅੱਖਾਂ ਉੱਤੇ ਝਪਟੇ ਅਤੇ ਇਹੋ ਅਸਲੀ ਕਾਰਨ ਮਾਰਚ 1946 ਵਿੱਚ ਪੋਠੋਹਾਰ ਵਿੱਚ ਸਿੱਖਾਂ ਦੇ ਕਤਲੇਆਮ ਦਾ ਸਮਝਣਾ ਚਾਹੀਦਾ ਹੈ, ਭਾਵ ਮੁਸਲਮਾਨਾਂ ਨੇ ਡਰ ਕੇ ਸਿੱਖਾਂ ਉੱਤੇ ਪੋਠੋਹਾਰ ਵਿੱਚ ਹਮਲਾ ਕੀਤਾ। ਸਚਿੱਤਰ ਕੌਮੀ ਏਕਤਾ ਹਫ਼ਤਾਵਾਰੀ ਅਖ਼ਬਾਰ ਦਿੱਲੀ ਦੇ ਅਗਸਤ 1975 ਦੇ ਅੰਕ ਵਿੱਚ ਸਫ਼ਾ 17-20 ਉੱਤੇ ਸ੍ਰੀ ਡਾਕਟਰ ਕਿਰਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਪ੍ਰੋਫੈਸਰ ਦਾ ਲੇਖ ਪੰਜਾਬ ਦਾ ਬਟਵਾਰਾ ਤੇ ਸਿੱਖ ਨੇਤਾ ਛਪਿਆ, ਜਿਸ ਵਿੱਚ ਕਿਹਾ ਗਿਆ ਕਿ ਕੁੱਝ ਸਮੇਂ ਤੋਂ ਸਿੱਖਾਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਸਿੱਖ ਨੇਤਾਵਾਂ ਨੇ 1947 ਵਿੱਚ ਕਿਸੇ ਨਿੱਗਰ ਨੀਤੀ ਨੂੰ ਨਹੀਂ ਅਪਣਾਇਆ ਜਿਸ ਕਰਕੇ ਸਿੱਖਾਂ ਦਾ ਸੁਤੰਤਰ ਰਾਜ ਸਥਾਪਿਤ ਨਾ ਹੋ ਸਕਿਆ। ਇਸ ਖਿਆਲ ਦੀ ਚਰਚਾ ਕਰਨ ਵਾਲੇ ਸਰਦਾਰ ਕਪੂਰ ਸਿੰਘ ਸਾਚੀ ਸਾਖੀ ਵਾਲੇ ਅਤੇ ਸਰਦਾਰ ਗੁਰਮੀਤ ਸਿੰਘ ਸਰਸਾ ਸਨ। ਵੇਖੋ ਸਪੋਕਸਮੈਨ ਨਵੀਂ ਦਿੱਲੀ ਮਾਰਚ 1973। ਇਹ ਸਿੱਧ ਕਰਨ ਲਈ ਕਿ ਸਾਚੀ ਸਾਖੀ ਦੇ ਕਰਤਾ ਅਤੇ ਸਰਸੇ ਵਾਲੇ ਗੁਰਮੀਤ ਸਿੰਘ ਜੀ ਐਵੇਂ ਕੱਚੀਆਂ ਗੱਲਾਂ ਕਰਦੇ ਹਨ ਕਿਉਂ ਜੋ ਕਿਸੇ ਯੂਨੀਵਰਸਿਟੀ ਵਿੱਚ ਸਿੱਖ ਇਤਿਹਾਸ ਦੇ ਪ੍ਰੋਫੈਸਰ ਉਹ ਨਹੀਂ ਹਨ ਅਤੇ ਪ੍ਰਸਿੱਧ ਇਤਿਹਾਸਕਾਰ ਐਕਟਨ ਨੂੰ ਉਹਨਾਂ ਨੇ ਨਹੀਂ ਪੜ੍ਹਿਆ ਹੋਣਾ ਜੋ ਕਿ ਕਿਹਾ ਕਰਦਾ ਸੀ ਕਿ ਜਦੋਂ ਸਮੇਂ ਦੀ ਚਾਲ ਨਾਲ ਕਿਸੇ ਘਟਨਾ ਸੰਬੰਧੀ ਮਚੀ ਧੂੜ ਬਹਿ ਜਾਏ ਤਾਂ ਕੇਵਲ ਉਸ ਘਟਨਾ ਦਾ ਇਤਿਹਾਸਕ ਵਿਸ਼ਲੇਸ਼ਣ ਹੀ ਕੀਤਾ ਜਾ ਸਕਦਾ ਹੈ। ਪ੍ਰਸਿੱਧ ਇਤਿਹਾਸਾਚਾਰੀਆ ਸ੍ਰੀ ਡਾਕਟਰ ਕਿਰਪਾਲ ਸਿੰਘ ਜੀ ਨੇ ਇਹ ਦੱਸਣ ਦੀ ਖੇਚਲ ਨਹੀਂ ਕੀਤੀ ਕਿ ਪ੍ਰਸਿੱਧ ਇਤਿਹਾਸਕਾਰ ਐਕਟਨ ਭਾਵ ਪ੍ਰਸਿੱਧ ਬ੍ਰਿਟਿਸ਼ ਨੀਤੀਵੇਤਾ ਅਤੇ ਕੈਂਬਰਿਜ ਵਿੱਚ ਹਿਸਟਰੀ ਦਾ ਪ੍ਰੋਫੈਸਰ 1834 ਤੋਂ 1902 ਈਸਵੀ ਲਾਰਡ ਐਕਟਨ ਤੋਂ ਜਾਪਦਾ ਹੈ ਕਿਸ ਨੂੰ ਅਤੇ ਕਿੱਥੇ ਇਹ ਪ੍ਰਵਚਨ ਕਿਹਾ ਸੀ। ਪਰ ਆਪਣੀ ਬਚਨਾਵਲੀ ਦੀ ਤਰਕ ਸਿੱਧੀ ਸ਼੍ਰੀ ਕਿਰਪਾਲ ਸਿੰਘ ਜੀ ਨਿਮਨਲਿਖਤ ਤੱਥਾਂ ਨੂੰ ਆਧਾਰ ਬਣਾ ਕੇ ਇਉਂ ਕਰਦੇ ਹਨ। ਉਸ ਵੇਲੇ 1947 ਵਿੱਚ ਸਿੱਖਾਂ ਦੀ ਵਿਸ਼ੇਸ਼ ਮੰਗ ਸਿੱਖ ਸਟੇਟ ਸੀ। ਮਿਸਟਰ ਜਨਾਲ ਨਿਮਨਲਿਖਤ ਗੱਲਾਂ ਮੰਨ ਗਿਆ ਸੀ। ਨੰਬਰ 1, ਵੱਖਰੀ ਸਟੇਟ ਬਣਾ ਦਿੱਤੀ ਜਾਵੇਗੀ। ਨੰਬਰ 2, ਇਸ ਦੀ ਸੈਨਾ ਸਿੱਖ ਹੋਵੇ ਅਤੇ ਪਾਕਿਸਤਾਨੀ ਫੌਜਾਂ ਵਿੱਚ ਸਿੱਖ ਸੈਨਾ ਦਾ ਹਿੱਸਾ ਨਿਯੁਕਤ ਹੋਵੇ।
ਨੰਬਰ 3 ਇਹ ਸਟੇਟ ਪਾਕਿਸਤਾਨ ਵਿੱਚ ਬਣੇ ਅਤੇ ਇਸ ਦੀ ਸੁਰੱਖਿਆ ਆਵਾਜਾਈ ਦੇ ਸਾਧਨ ਤੇ ਵਿਦੇਸ਼ੀ ਮਾਮਲੇ ਪਾਕਿਸਤਾਨ ਅਧੀਨ ਹੋਣ। ਨੰਬਰ 4 ਇਹ ਸਭ ਕੁਝ ਇਸ ਸ਼ਰਤ ਤੇ ਹੋਵੇਗਾ ਕਿ ਸਿੱਖ ਪੰਜਾਬ ਦੀ ਵੰਡ ਕਰਨ ਦਾ ਨਾਰਾ ਛੱਡ ਦੇਣ। ਅੱਗੇ ਚੱਲ ਕੇ ਸ੍ਰੀ ਕਿਰਪਾਲ ਸਿੰਘ ਜੀ ਪ੍ਰਗਟ ਕਰਦੇ ਹਨ ਕਿ ਇਸ ਮਾਮਲੇ ਤੇ ਮਾਸਟਰ ਤਾਰਾ ਸਿੰਘ ਤੇ ਲੇਖਕ ਸ੍ਰੀ ਕਿਰਪਾਲ ਸਿੰਘ ਨੂੰ ਦੱਸਿਆ। ਮਾਸਟਰ ਤਾਰਾ ਸਿੰਘ ਨੇ ਲੇਖਕ ਸ੍ਰੀ ਕਿਰਪਾਲ ਸਿੰਘ ਨੂੰ ਦੱਸਿਆ ਕਿ ਉਹਨਾਂ ਨੇ ਇੱਕ ਸਵਾਲ ਮਿਸਟਰ ਜਨਾਹ ਉੱਤੇ ਕੀਤਾ ਕਿ ਕੀ ਇਹ ਸਿੱਖ ਸਟੇਟ ਜੇਕਰ ਕਦੀ ਚਾਹੇ ਪਾਕਿਸਤਾਨ ਵਿੱਚੋਂ ਬਾਹਰ ਆ ਸਕਦੀ ਹੈ ਕਿ ਨਹੀਂ। ਇਸ ਦਾ ਉੱਤਰ ਨਹੀਂ ਵਿੱਚ ਸੀ। ਇਹ ਗੱਲ ਵੀ ਬਹੁਤ ਨਿਰਾਸ਼ਾਜਨਕ ਸੀ। ਇਸ ਗੱਲ ਤੇ ਆ ਕੇ ਸਾਰੀ ਗੱਲਬਾਤ ਟੁੱਟ ਗਈ। ਇਸ ਪੁਸਤਕ ਦੇ ਸਫ਼ਾ 123 ਦੇ ਫੁੱਟਨੋਟ ਵਿੱਚ ਮਾਸਟਰ ਤਾਰਾ ਸਿੰਘ ਦਾ ਮਿਤੀ 11 ਅਕਤੂਬਰ 1962 ਦਾ ਆਪਣਾ ਇਕਬਾਲਨਾਮਾ ਦਰਜ ਕਰ ਚੁੱਕੇ ਹਾਂ ਕਿ ਉਹਨਾਂ ਨੇ ਸਹੁੰ ਖਾਧੀ ਹੋਈ ਸੀ ਕਿ ਸਿੱਖ ਸਟੇਟ ਬਾਬਤ ਕੋਈ ਗੱਲਬਾਤ ਸਿਰੇ ਚੜ੍ਹਨ ਨਹੀਂ ਦੇਣੀ ਤੇ ਟੁੱਚਰਾਂ ਉਡਾਹੀ ਜਾਣੀਆਂ ਹਨ। ਗੱਲ ਸਾਫ਼ ਤੇ ਸਿੱਧੀ ਹੈ ਕਿ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਨੇ ਖਰੀਦਿਆ ਹੋਇਆ ਸੀ। ਉਸਨੇ ਸਹੁੰ ਖਾਧੀ ਹੋਈ ਸੀ। ਸਹੁੰ ਖਾਣ ਦਾ ਤਾਂ ਕੀ ਮਤਲਬ ਹੈ, ਉਸਨੇ ਪੈਸੇ ਲਏ ਹੋਏ ਸੀ। ਇਹ ਗੱਲ ਵਾਸਤੇ ਕਿ ਸਿੱਖ ਸਟੇਟ ਕਿਸੇ ਵੀ ਹਾਲਤ ਵਿੱਚ ਬਣਨ ਨਹੀਂ ਦੇਣੀ, ਚਾਹੇ ਕੋਈ ਕੁਛ ਵੀ ਕਰ ਲਵੇ, ਕਿਉਂਕਿ ਭੋਲੇ ਸਿੱਖ ਕੌਮ ਤਾਂ ਉਹਨਾਂ ਦੇ ਪਿੱਛੇ ਲੱਗੀ ਹੋਈ ਹੋ ਸੀ। ਮਾਸਟਰ ਤਾਰਾ ਸਿੰਘ ਨੂੰ ਉਤਵਾਰ ਸੀ ਵੀ ਮੇਤੇ ਬਿਨਾਂ ਕਿਸੇ ਹੋਰ ਲੀਡਰ ਨੂੰ ਮੂਹਰੇ ਇਹਨਾਂ ਨੇ ਆਉਣ ਨਹੀਂ ਦੇਣਾ ਤੇ ਮੈਂ ਜੋ ਮਰਜ਼ੀ ਕਰ ਲਵਾਂ ਉਹ ਚੱਲੂਗਾ। ਉਹੀ ਗੱਲ ਹੋਈ। ਉਸ ਗਦਾਰ ਨੇ ਆਪਣੀ ਗਦਾਰੀ ਪੂਰੀ ਦਿਖਾ ਕੇ ਸਿੱਖਾਂ ਨੂੰ ਸਟੇਟ ਮਿਲਣ ਹੀ ਨਹੀਂ ਦਿੱਤੀ। ਇਹ ਗੱਲ ਸੱਚੀ ਹੈ। ਸੰਨ 1966 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਹੋਮਲੈਂਡ ਦੀ ਮੰਗ ਦਾ ਮਤਾ ਪਾਸ ਕੀਤਾ, ਉਦੋਂ ਵੀ ਮਾਸਟਰ ਤਾਰਾ ਸਿੰਘ ਨੇ ਇਸੇ ਬੁੱਧੀਹੀਣ ਵਿਵੇਕਹੀਣ ਰਾਜਹੱਠ ਦੀ ਪ੍ਰਦਰਸ਼ਨੀ ਕੀਤੀ ਸੀ ਕਿ ਮਤੇ ਵਿੱਚ ਇਹ ਲਿਖੋ ਕਿ ਸਿੱਖ ਹੋਮਲੈਂਡ ਭਾਰਤ ਦੇ ਅੰਦਰ ਬਣੇ ਪਰ ਇਹ ਜਦ ਚਾਹੇ ਇਸ ਨੂੰ ਭਾਰਤ ਵਿੱਚੋਂ ਬਾਹਰ ਨਿਕਲਣ ਦਾ ਅਧਿਕਾਰ ਦਿੱਤਾ ਜਾਵੇ। ਉਸ ਵੇਲੇ ਸਰਦਾਰ ਕਪੂਰ ਸਿੰਘ ਪਾਰਲੀਮੈਂਟ ਦੀ ਲੋਕ ਸਭਾ ਦਾ ਮੈਂਬਰ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਮੁੱਖ ਸਲਾਹਕਾਰ ਵੀ ਸੀ ਤੇ ਸਰਦਾਰ ਕਪੂਰ ਸਿੰਘ ਨੇ ਕਿਹਾ ਤੇ ਬੇਨਤੀ ਕੀਤੀ ਕਿ ਇੱਕ ਤਾਂ ਹੁਣ ਭਾਰਤੀ ਵਿਧਾਨ ਵਿੱਚ ਇਹ ਸੰਸ਼ੋਧਨ ਹੋ ਚੁੱਕਾ ਹੈ ਕਿ ਹਿੰਦੁਸਤਾਨ ਤੋਂ ਵੱਖਰੇ ਹੋਣ ਦੀ ਮੰਗ ਕਰਨਾ ਘੋਰ ਅਪਰਾਧ ਹੈ ਜਿਸ ਦੀ ਸਜ਼ਾ 10 ਸਾਲ ਕੈਦ ਸਖ਼ਤ ਹੋ ਸਕਦੀ ਹੈ। ਕੇਵਲ 10 ਸਾਲ ਲਈ ਜੇਲ੍ਹਖਾਨੇ ਦੀ ਯਾਤਰਾ ਕਰਨ ਦਾ ਚਾਅ ਜੇ ਕਿਸੇ ਅਕਾਲੀ ਨੂੰ ਹੈ ਤਾਂ ਉਹ ਮਾਸਟਰ ਤਾਰਾ ਸਿੰਘ ਜੀ ਦਾ ਸੁਝਾਇਆ ਮਤਾ ਪਾਸ ਕਰ ਦੇਖੇ ਤੇ ਸਰਦਾਰ ਕਪੂਰ ਸਿੰਘ ਨੇ ਕਿਹਾ ਮੈਂ ਤਾਂ ਇਹੋ ਜਿਹੀ ਮੰਤਵਹੀਣ ਮੂੜ ਮਤ ਤੇ ਹੂੜ ਮਤ ਕਰਨ ਨੂੰ ਤਿਆਰ ਨਹੀਂ। ਦੂਜੇ ਉਸਨੇ ਕਿਹਾ ਕਿ ਅਕਾਲੀ ਕਾਂਗਰਸੀ ਹਿੰਦੂਆਂ ਨੂੰ ਇਹਨਾਂ ਰਾਜਨੀਤੀ ਤੋਂ ਕੋਰਾ ਗਧਾ ਸਮਝਦੇ ਹਨ ਕਿ ਉਹ ਆਪਣੇ ਹੱਥੀਂ ਸਿੱਖਾਂ ਦੇ ਹੱਥ ਵਿੱਚ ਕੁਹਾੜਾ ਫੜਾ ਦੇਣਗੇ। ਜਿਸ ਕੁਹਾੜੇ ਦੀ ਪ੍ਰਯੋਗ ਵਿਧੀ ਬਾਬਤ ਸਿੱਖ ਹੁਣੇ ਹੀ ਕਹੀ ਜਾਂਦੇ ਹਨ ਕਿ ਇਸ ਨੂੰ ਉਹ ਭਾਰਤ ਨੂੰ ਖੇਰੂ ਖੇਰੂ ਕਰਨ ਲਈ ਵਰਤਣ ਤੋਂ ਸੰਕੋਚ ਨਹੀਂ ਕਰਨਗੇ। ਕੀ ਸੰਸਾਰ ਭਰ ਵਿੱਚ ਕਦੇ ਸਿੱਖਾਂ ਤੋਂ ਬਗੈਰ ਜਿਨ੍ਹਾਂ ਨੇ ਖਾਲਸਾ ਸਰਕਾਰ ਡੋਗਰਿਆਂ ਨੂੰ ਸੰਭਾਲ ਕੇ ਆਪਣੇ ਮੌਤ ਦੇ ਬਰੰਟਾਂ ਉੱਤੇ ਸੱਜਾ ਗੂਠਾ ਲਾ ਕੇ ਸਹੀ ਪਾਈ ਸੀ? ਕਿਸੇ ਰਾਜੇ ਜਾਂ ਨੀਤੀਵਾਨ ਨੇ ਕਦੇ ਕਿਸੇ ਨੂੰ ਆਪਣੀ ਇੱਛਾ ਨਾਲ ਅਜਿਹਾ ਅਧਿਕਾਰ ਬਖਸ਼ਿਆ ਹੈ ਜਿਹੜਾ ਕਿ ਬਲਹੀਣ, ਸਾਹਸਹੀਣ, ਪਰਾਕਰਮਹੀਣ, ਤੇਜਹੀਣ, ਆਚਰਣਹੀਣ ਅਕਾਲੀ ਦਲ ਹੁਣ ਵਿਜਈ ਤੇ ਭੂਤਰੇ ਹੋਏ ਕਾਂਗਰਸੀ ਹਿੰਦੂਆਂ ਕੋਲੋਂ ਮੰਗਦਾ ਹੈ? ਜਦ ਸਭ ਕੁਛ ਮਾਸਟਰ ਤਾਰਾ ਸਿੰਘ ਦੇ ਚੁੱਕੇ, ਬਾਅਦ ਚ ਇਹੋ ਜਿਹੀਆਂ ਸਲਾਹਾਂ ਦਿੰਦੇ ਨੇ ਕਿ ਸਿੱਖ ਹੋਮਲੈਂਡ ਬਣਨਾ ਚਾਹੀਦਾ ਹੈ 1966 ਵਿੱਚ, ਤੇ ਸਿੱਖ ਹੋਮਲੈਂਡ ਬਣਨਾ ਚਾਹੀਦਾ ਹੈ ਕਿ ਉਹ ਵੀ ਅਜਿਹਾ ਬਣਨਾ ਚਾਹੀਦਾ ਹੈ ਜਿਸ ਨੂੰ ਅਸੀਂ ਜਦ ਚਾਹੀਏ ਭਾਰਤ ਤੋਂ ਅਲੱਗ ਕਰ ਲਈਏ। ਜਦ ਸਿੱਖ ਰਾਜ ਮਿਲਦਾ ਸੀ ਜਦ ਤਾਂ ਮਾਸਟਰ ਤਾਰਾ ਸਿੰਘ ਉਹਨਾਂ ਨੇ ਲੈਣ ਨਾ ਦਿੱਤਾ। ਬਾਅਦ ਚ 1966 ਚ ਜਾ ਕੇ ਇਹ ਰੌਲਾ ਪਾ ਰਹੇ ਹਨ ਕਿ ਸਿੱਖ ਹੋਮਲੈਂਡ ਬਣਨਾ ਚਾਹੀਦਾ ਹੈ ਜਿਸ ਨੂੰ ਅਸੀਂ
ਭਾਰਤ ਤੋਂ ਜਦ ਚਾਹੀਏ ਅਲੱਗ ਕਰ ਲਈਏ ਕਿ ਹਿੰਦੂ ਇੰਨੇ ਬੇਵਕੂਫ ਹਨ ਜਿਹੜੇ ਜਦ ਤੁਹਾਨੂੰ ਮਿਲਦਾ ਸੀ ਜਦ ਤੱਕ ਤੁਸੀਂ ਲਿਆ ਨਾ ਹੁਣ ਤੁਹਾਨੂੰ ਆਪਣੇ ਰਾਜ ਵਿੱਚੋਂ ਕੱਢ ਕੇ ਹੋਮਲੈਂਡ ਦੇ ਦੇਣਗੇ ਲੈ ਲਿਓ ਹੁਣ ਰਾਜਨੀਤੀ ਦੀ ਮੰਗ ਤਾਂ ਇਹ ਹੈ ਕਿ ਹਿੰਦੂਆਂ ਨੂੰ ਇਹ ਸੱਚਾ ਤੇ ਦ੍ਰਿੜ ਵਿਸ਼ਵਾਸ ਦਵਾਇਆ ਜਾਵੇ ਕਿ ਜੇ ਸਾਰੇ ਹਿੰਦੂ ਵੀ ਭਾਰਤ ਨੂੰ ਖੇਰੂ ਖੇਰੂ ਕਰਨ ਤੇ ਤਤਪਰ ਹੋ ਜਾਣ ਤਦ ਵੀ ਸਿੱਖ ਇਸ ਦੀ ਅਖੰਡਤਾ ਲਈ ਅਖੀਰ ਤੱਕ ਲੜਦੇ ਰਹਿਣਗੇ ਤਦ ਹੀ ਸਿੱਖ ਹੋਮਲੈਂਡ ਦੀ ਮੰਗ ਨੂੰ ਕੋਈ ਸੁਣਨ ਲਈ ਤਿਆਰ ਹੋ ਸਕੇਗਾ ਇਸ ਦੀ ਪ੍ਰਵਾਨਗੀ ਪ੍ਰਾਪਤੀ ਦੀ ਤਾਂ ਦੂਰ ਦੀ ਗੱਲ ਹੈ ਇਹ ਗੱਲ ਸਰਦਾਰ ਕਪੂਰ ਸਿੰਘ ਲਿਖਦੇ ਹਨ ਭੋਲੇਨਾਥ ਸ਼ਿਵ ਸ਼ੰਭੂ ਵਾਹਿਦ ਲੀਡਰ ਮਾਸਟਰ ਤਾਰਾ ਸਿੰਘ ਜੀ ਕਹਿਣ ਲੱਗੇ ਕਿ ਰੂਸ ਵਿੱਚ ਰਿਆਸਤਾਂ ਨੂੰ ਵੱਖਰੇ ਹੋਣ ਦੇ ਅਧਿਕਾਰ ਮਿਲੇ ਹੋਏ ਹਨ ਤਾਂ ਸਰਦਾਰ ਕਪੂਰ ਸਿੰਘ ਨੇ ਦਹੱਥੜ ਮਾਰ ਕੇ ਕਿਹਾ ਕਿ ਮਹਾਰਾਜ ਪੰਥ ਰਤਨ ਜੀ ਉਹ ਇਹ ਅਧਿਕਾਰ ਕਾਗਜ਼ੀ ਹਨ ਅਤੇ UNO ਵਿੱਚ ਰੂਸ ਦੀਆਂ ਵੋਟਾਂ ਵਧਾਉਣ ਲਈ ਉਹਨਾਂ ਦੇ ਵਿਧਾਨ ਵਿੱਚ ਅੰਕਿਤ ਕੀਤੇ ਗਏ ਹਨ ਕੋਈ ਰਿਆਸਤ ਜਾਂ ਕੋਈ ਆਦਮੀ USSR ਵੱਲੋਂ ਵੱਖਰੇ ਹੋਣ ਦਾ ਸੁਪਨਾ ਲੈ ਕੇ ਤਾਂ ਵੇਖੇ ਜੇ ਸਣ ਬੱਚਾ ਕਹਾਣੀ ਨਾ ਪੀੜਿਆ ਜਾਵੇ ਸਿੱਖ ਕਿਹੜੀ ਦੁਨੀਆਂ ਵਿੱਚ ਵੱਸਦੇ ਹਨ ਕਦੇ ਤਾਂ ਅਕਲ ਦੀ ਗੱਲ ਕਰੀਏ ਸਰਦਾਰ ਕਪੂਰ ਸਿੰਘ ਆਪਣੀ ਗੱਲ ਵੱਡਾ ਹੱਠ ਕਰਕੇ ਮਨਵਾ ਕੇ ਸਰਦਾਰ ਕਪੂਰ ਸਿੰਘ ਨੇ ਆਪਣੀ ਗੱਲ ਵੱਡਾ ਹੱਠ ਕਰਕੇ ਮਨਵਾ ਤਾਂ ਲਈ ਪਰ ਸਾਰੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਬੁੜ ਬੁੜ ਕਰਦੀ ਰਹੀ ਇਹ ਸਰਦਾਰ ਕਪੂਰ ਸਿੰਘ ਬੜੇ ਤੱਤੇ ਸੁਭਾਅ ਦਾ ਜਿੱਦੀ ਬੰਦਾ ਹੈ ਇਹ ਕਿਸੇ ਦੇ ਨਾਲ ਨਹੀਂ ਚੱਲ ਸਕਦਾ ਮਿਸਟਰ ਜਨਾਹ ਜਾਂ ਮੁਸਲਮਾਨਾਂ ਕੋਲੋਂ ਆਸ ਰੱਖਣਾ ਕਿ ਉਹ ਸਿੱਖਾਂ ਨੂੰ ਪਾਕਿਸਤਾਨ ਵਿੱਚ ਸਿੱਖ ਸਟੇਟ ਬਣਾ ਕੇ ਦੇ ਦੇਣਗੇ ਤਾਂ ਜੋ ਸਿੱਖ ਜਦੋਂ ਚਾਹੁਣ ਪਾਕਿਸਤਾਨ ਨੂੰ ਤੋੜ ਸੁੱਟਣ ਇਹੋ ਜਿਹੀ ਆਸ ਸਿੱਖ ਹੀ ਕਰ ਸਕਦੇ ਹਨ ਜੇ ਅਕਾਲੀ ਲੀਡਰਾਂ ਦਾ ਅਸਲੀ ਨਿਸ਼ਾਨਾ ਸਰਦਾਰ ਬਲਦੇਵ ਸਿੰਘ ਦੇ ਟਾਟਾ ਨਗਰ ਦੇ ਕਾਰਖਾਨਿਆਂ ਨੂੰ ਬਚਾਉਣਾ ਅਤੇ ਸਰਦਾਰ ਬਲਦੇਵ ਸਿੰਘ ਨੂੰ ਡਿਫੈਂਸ ਮਿਨਿਸਟਰ ਬਣਾਉਣਾ ਹੀ ਨਹੀਂ ਸੀ ਅਤੇ ਸਿੱਖ ਸਟੇਟ ਦਾ ਉਸਟੰਡ ਕੇਵਲ ਸਿੱਖ ਸੰਗਤਾਂ ਨੂੰ ਬੁੱਧੂ ਬਣਾਉਣਾ ਹੀ ਨਹੀਂ ਸੀ ਤਦ ਅਕਾਲੀਆਂ ਨੇ ਉਸੇ ਵੇਲੇ ਕਾਂਗਰਸੀ ਹਿੰਦੂ ਲੀਡਰਾਂ ਨੂੰ ਕਿਉਂ ਨਾ ਕਿਹਾ ਕਿ ਮੁਸਲਮਾਨਾਂ ਤਾਂ ਸਾਨੂੰ ਅਜਿਹੀ ਸਿੱਖ ਸਟੇਟ ਦਿੰਦੇ ਹਨ ਇਹ ਤੁਸੀਂ ਦੇਣਾ ਮੰਨ ਲਓ ਇਹ ਸੱਚੀ ਗੱਲ ਸਰਦਾਰ ਕਪੂਰ ਸਿੰਘ ਲਿਖਦੇ ਹਨ ਕਿ ਜੇਕਰ ਉਸ ਸਮੇਂ ਅਕਾਲੀ ਲੀਡਰਾਂ ਦਾ ਮਤਲਬ ਸਰਦਾਰ ਬਲਦੇਵ ਸਿੰਘ ਦੀਆਂ ਟਾਟਾ ਨਗਰ ਦੀਆਂ ਫੈਕਟਰੀਆਂ ਨੂੰ ਬਚਾਉਣਾ ਨਾ ਹੁੰਦਾ ਤੇ ਬਲਦੇਵ ਸਿੰਘ ਨੂੰ ਡਿਫੈਂਸ ਮਿਨਿਸਟਰ ਬਣਾਉਣਾ ਨਾ ਹੁੰਦਾ ਤਾਂ ਸਿੱਖ ਸਟੇਟ ਬਣ ਜਾਂਦੀ ਸੀ ਬਣਨ ਲਈ ਤਿਆਰ ਸੀ ਅੰਗਰੇਜ਼ ਹੱਥ ਬੰਨ ਬੰਨ ਕੇ ਸਿੱਖ ਸਟੇਟ ਦੇਣ ਲਈ ਤਿਆਰ ਸਨ ਪਰ ਇਹਨਾਂ ਦੋ ਕਾਰਨਾਂ ਕਰਕੇ ਅਕਾਲੀ ਲੀਡਰ ਬਲਦੇਵ ਸਿੰਘ ਕੋਲ ਵਿਕੇ ਹੋਏ ਸਨ ਉਸ ਨੂੰ ਡਿਫੈਂਸ ਮਿਨਿਸਟਰ ਬਣਾਉਣ ਵਾਸਤੇ ਇਹਨਾਂ ਨੇ ਸਟੇਟ ਕਿਸੇ ਹਾਲਤ ਵਿੱਚ ਵੀ ਨਾ ਬਣਨ ਦਿੱਤੀ ਅਤੇ ਸਰਦਾਰ ਕਪੂਰ ਸਿੰਘ ਦਾ ਕਹਿਣਾ ਹੈ ਕਿ ਸਿੱਖ ਸਟੇਟ ਦਾ ਅਸਟੰਡ ਕੇਵਲ ਸਿੱਖ ਸੰਗਤਾਂ ਨੂੰ ਬੁੱਧੂ ਬਣਾਉਣ ਲਈ ਹੀ ਨਹੀਂ ਸੀ ਤਦ ਅਕਾਲੀਆਂ ਨੇ ਉਸੇ ਵੇਲੇ ਕਾਂਗਰਸੀ ਹਿੰਦੂ ਲੀਡਰਾਂ ਨੂੰ ਕਿਉਂ ਨਾ ਕਿਹਾ ਕਿ ਮੁਸਲਮਾਨ ਤਾਂ ਸਾਨੂੰ ਸਿੱਖ ਸਟੇਟ ਦਿੰਦੇ ਹਨ ਤੁਸੀਂ ਵੀ ਦੇ ਦਿਓ ਜੇ ਸਿੱਧੀ ਰੂਹ ਨਾਲ ਕਾਂਗਰਸੀਆਂ ਨਾਲ ਵੀ ਉਸੇ ਸਮੇਂ ਠੋਕ ਕੇ ਗੱਲ ਕੀਤੀ ਹੁੰਦੀ ਜਿਵੇਂ ਅੰਗਰੇਜ਼ਾਂ ਨੂੰ ਕਹਿੰਦੇ ਸੀ ਕਿ ਤੁਸੀਂ ਚਲੇ ਜਾਓ ਅਸੀਂ ਹਿੰਦੂਆਂ ਤੋਂ ਆਪੇ ਰਾਜ ਲੈ ਲਵਾਂਗੇ ਜੇ ਹਿੰਦੂਆਂ ਨਾਲ ਠੋਕ ਕੇ ਗੱਲ ਕੀਤੀ ਹੁੰਦੀ ਕਿ ਸਾਨੂੰ ਆਜ਼ਾਦ ਸਟੇਟ ਬਾਅਦ 'ਚ ਅਸੀਂ ਥੋਤੋਂ ਲੈਣੀ ਹੈ ਤਾਂ ਕੋਈ ਹੱਲ ਹੋ ਸਕਦਾ ਸੀ ਪਰ ਸਿੱਖਾਂ ਦਾ ਮਤਲਬ ਤਾਂ ਬਲਦੇਵ ਸਿੰਘ ਦੀਆਂ ਟਾਟਾ ਨਗਰ ਦੀਆਂ ਫੈਕਟਰੀਆਂ ਬਚਾਉਣਾ ਅਤੇ ਆਪ ਦੋਏ ਲੀਡਰ ਵਿਕੇ ਹੋਏ ਸੀ ਆਪਣੇ ਪੈਸੇ ਬਚਾਉਣ ਤੱਕ ਮਤਲਬ ਸੀ ਸਿੱਖ ਸਟੇਟ ਤੱਕ ਇਹਨਾਂ ਨੂੰ ਕੋਈ ਮਤਲਬ ਨਹੀਂ ਸੀ ਉਸ ਤੋਂ ਬਾਅਦ ਸਰਦਾਰ ਕਪੂਰ ਸਿੰਘ ਲਿਖਦੇ ਹਨ ਕਿ ਇਸ ਬਾਬਤ ਸਿੱਖ ਇਤਿਹਾਸਾਚਾਰੀਆ ਡਾਕਟਰ ਕਿਰਪਾਲ ਸਿੰਘ ਜੀ ਦੀ ਇੱਕ ਟੀਕਾ ਟਿੱਪਣੀ ਹੈ ਕਿ
ਇਹ ਗੱਲ ਵੀ ਬਹੁਤ ਨਿਰਾਸ਼ਾਜਨਕ ਸੀ। ਜਿਸ ਨੂੰ ਗਿਆਨ ਨਾ ਹੋਵੇ ਉਸ ਨੂੰ ਗੱਲ ਸਮਝਾ ਲੈਣੀ ਬਹੁਤ ਔਖੀ ਨਹੀਂ, ਪਰ ਜਿਹੜਾ ਸਿੱਖ ਯੂਨੀਵਰਸਿਟੀ ਦੇ ਗੜ੍ਹ ਵਿੱਚ PhD ਇਤਿਹਾਸਾਚਾਰੀ ਆਦਿ ਬਣ ਕੇ ਬੁੱਧੀ ਤੋਂ ਆਕੀ ਬੈਠਾ ਹੋਇਆ ਬੈਠਾ ਹੋਵੇ, ਜਾਂ ਪੰਥ ਰਤਨ ਵਾਹਿਦ ਲੀਡਰ ਸਿੱਖਾਂ ਦਾ ਹੋਵੇ, ਜਾਂ ਮਹਾਨ ਸੰਤ ਬਾਬਾ ਹੋਵੇ, ਉਸ ਤੋਂ ਸਿੱਖਾਂ ਦਾ ਗੁਰੂ ਆਪ ਹੀ ਛੁਟਕਾਰਾ ਕਰਾਵੇ ਤਾਂ ਕਰਾਵੇ, ਮਿਸਟਰ ਜਨਾਹ ਵਰਗੇ ਨੀਤੀਵਾਨ ਜਾਂ ਸਰਦਾਰ ਕਪੂਰ ਸਿੰਘ ਵਰਗੇ ਪੜ੍ਹੇ ਲਿਖੇ ਮੂਰਖ ਉੱਥੇ ਕਿਸ ਦੇ ਪਾਣੀ ਹਰ ਹਨ। ਭਾਰਤੀ ਹਰੀ ਨੇ ਨੀਤ ਸ਼ਕਤਮ ਵਿੱਚ ਸੱਚ ਹੀ ਕਿਹਾ ਹੈ, ਗਿਆਨ ਵਦਰ ਵਿਦ ਕਦਮ ਬ੍ਰਹਮਾ ਅਪਿਤਮ ਨਰੰਗ ਨਾ ਰੰਜਯਤੀ, ਅਰਥਾਤ ਗਿਆਨ ਕੇ ਲੇਸ ਮਾਤਰ ਸੇ ਪੰਡਿਤ ਬਣੇ ਹੋਏ ਮਨੁਸ਼ ਕੋ ਪ੍ਰਸੰਨ ਕਰਨੇ ਕੇ ਲੀਏ ਸਵੈਮ ਬ੍ਰਹਮਾ ਜੀ ਵੀ ਅਸਮਰੱਥ ਹੈ। ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਕੁਝ ਦਾਨਸ਼ਵਰ ਜਿਹੜੇ ਸਿੱਖ ਯੂਨੀਵਰਸਿਟੀਆਂ ਵਿੱਚ ਆਕੀ ਹੋਏ ਬੈਠੇ ਹਨ, ਉਹਨਾਂ ਦਾ ਪੱਕਾ ਪ੍ਰੋਗਰਾਮ ਹੈ ਕਿ ਵਾਹ ਵਾਹ ਲੱਗਦੀ ਸਿੱਖੀ ਸਿਧਾਂਤ ਸਿੱਖ ਤਵਾਰੀਖ ਅਤੇ ਗੁਰਬਾਣੀ ਦੀ ਤਸ਼ਰੀਹ ਵਿੱਚ ਗੜਬੜ ਪਾਈ ਜਾਣੀ ਹੈ, ਨਮਕ ਹਲਾਲ ਨਾਥ ਕਾ ਕਰੀਏ, ਗੁਰੂ ਰੱਬ ਤੋਂ ਕਦੇ ਨਾ ਡਰੀਏ। ਬਾਕੀ ਦੀ ਕਹਾਣੀ ਤੁਹਾਨੂੰ ਅਗਲੇ ਭਾਗ ਵਿੱਚ ਸੁਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।